ਆ ਹਵੇਲੀ ਬਣੀ ਹੋਈ ਆ ਬਹੁਤ ਜ਼ਿਆਦਾ ਦੇਖੋ ਪੁਰਾਣੀ ਆ ਜਿਹੜੇ ਮੈਨੂੰ ਫੇਸਬੁੱਕ ਤੇ ਪਿਆਰ ਕਰਦੇ ਨੇ ਉਹ ਪਲੀਜ਼ ਮੈਨੂੰ ਫੋਲੋ ਜ਼ਰੂਰ ਕਰੇ ਤੇ ਜਿਹੜੇ ਯੂਟਿਊਬ ਤੇ ਮੈਨੂੰ ਪਿਆਰ ਕਰਦੇ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਨਾ ਉੱਪਰ ਲੱਗੀਆਂ ਹੋਈਆਂ ਉਹ ਵੀ ਕਾਫੀ ਪੁਰਾਣੀਆਂ ਜਿਵੇਂ ਕਿ ਉਹ ਕੁਝ ਕੁ ਡਿੱਗ ਪਈਆਂ ਨੇ ਉਧਰ ਸਹੀ ਕਿਸੇ ਨੇ ਨਾ ਮਤਲਬ ਪੌੜੀਆਂ ਤੋੜਤੀ ਆ ਵੀ ਕੋਈ ਉੱਪਰ ਨਾ ਜਾ ਸਕੇ ਆ ਜੀ ਇਹ ਗੁੰਮਦ ਬਣਿਆ ਗੁੰਮਦ ਅਜੀ ਮੈਂ ਹਾਂ ਵੇਖ ਲਾ ਫਰਸ਼ ਵਾਲੇ ਤੇ ਚਿੱਬ ਕੱਢ ਮੈਂ ਹਾਂ ਡੱਬਾ ਮੈਂ ਲਿਆਂਦਾ ਨਹੀਂ ਚੇਤਾ ਭੁੱਲ ਗਿਆ ਹੁਣ ਲਿਆਂਦਾ ਜੀ ਚਾਬੀ ਦਿਓ ਗੱਡੀ ਦੀ ਮੇਕਅਪ ਦਾ ਕਮਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਨਾਲ ਸਾਡੇ ਡੈਡੀ ਆ ਮੰਮੀ ਜੀ ਆ ਤੇ ਨਾਲ ਸੰਦੀਪ ਆ ਮੰਮੀ ਹੁਣ ਮੇਰੇ ਬੈਕ ਸਾਈਡ ਬੈਠੇ ਆ ਮੰਮੀ ਐਂ ਦੇਖੋ ਤੇ ਅੱਜ ਮੰਮੀ ਜੀ ਦਾ ਜਿਵੇਂ ਕਿ ਦੋ ਤਿੰਨ ਦਿਨ ਕੀ ਮਹੀਨਾ ਹੀ ਹੋ ਗਿਆ ਡੈਡ ਜੀ ਮਹੀਨਾ ਹੋ ਗਿਆ ਲਗਾਤਾਰ ਧੜਕਣ ਜਿਹੜੀ ਨਹੀਂ ਵੱਧ ਰਹੀ ਹੈ ਤੇ ਅੱਜ ਆਪਾਂ ਇੱਥੋਂ ਡਾਕਟਰ ਕੋਲ ਪਹਿਲਾਂ ਚੈੱਕਅਪ ਕਰਵਾਵਾਂਗੇ ਮੰਮੀ ਜੀ ਦਾ ਤੇ ਹਾਰਟ ਦਾ ਤੇ ਭਾਗੋ ਵਾਲੇ ਡਾਕਟਰ ਆਪਣਾ ਸ਼ਹਿਰ ਬਟਾਲੇ ਵਿੱਚ ਵਾ ਮਸ਼ਹੂਰ ਆ ਉਹਦੇ ਕੋਲ ਚੈੱਕਅਪ ਕਰਵਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਇੱਕ ਹਵੇਲੀ ਆ ਉਹ ਦੇਖਣ ਵਾਸਤੇ ਜਾਵਾਂਗੇ ਤੇ ਹਵੇਲੀ ਦੇਖਣ ਤੋਂ ਪਹਿਲਾਂ ਜਾਵਾਂਗੇ ਕਿਰਨ ਹੁਣਾਂ ਦੇ ਘਰੇ ਕਿਉਂਕਿ ਨਾਲ ਲਵਾਂਗੇ ਜੀਜਾਈ ਨੂੰ ਕਿਰਨ ਨੇ ਨਹੀਂ ਜਾਣਾ ਕਿਉਂਕਿ ਘਰੇ ਕੋਈ ਹੋਰ ਹੈ ਨਹੀਂ ਆ ਵੀ ਤੇ ਉਹ ਫਿਰ ਮਤਲਬ ਘਰੇ ਰੁਕੇਗੀ ਤੇ ਜੀਜਾਈ ਜਿਹੜੇ ਨਹੀਂ ਉਹ ਸਾਡੇ ਨਾਲ ਜਾਣਗੇ ਹਵੇਲੀ ਦੇਖਣ ਵਾਸਤੇ ਤੇ ਉਹ ਡੈਡੀ ਨੂੰ ਥੋੜ੍ਹਾ ਬਹੁਤ ਪਤਾ ਆ ਵੀ ਹਵੇਲੀ ਦੇ ਵਿੱਚ ਕਹਿੰਦੇ ਆ ਵੀ ਸ਼ਹਿਰ ਬਟਾਲੇ ਵਿੱਚੋਂ ਲੋਹਿਆ ਖਤਮ ਹੋ ਗਿਆ ਜੀ ਤੇ ਇਹ ਡੈਡੀ ਜੀ ਸੱਚੀ ਗੱਲ ਆ ਸੱਚੀ ਗੱਲ ਆ ਚੋਣਿਆ ਪਿੰਡ ਚੋਣੇ ਆ ਉੱਥੇ ਜਦੋਂ ਕਹਿੰਦੇ ਬਣਦੇ ਸੀ ਹਵੇਲੀ ਲੋਹਿਆ ਬਟਾਲੇ ਵਿੱਚੋਂ ਖਤਮ ਕਰ 150-200 ਸਾਲ ਪੁਰਾਣੀ ਗੱਲਬਾਤ ਅਤੇ ਬਿਲਡਿੰਗ 6-7 ਮੰਜ਼ਲੀ ਬਣੀ ਆ ਬਹੁਤ ਹੀ ਵੱਡੀ ਬਿਲਡਿੰਗ ਆ ਉਹ ਸਾਰੇ ਹੁਣ ਪਰਿਵਾਰ ਇੱਥੋਂ ਕਿਤੇ ਬਾਹਰ ਹੀ ਕਿਤੇ ਸੈਟਲ ਹੋ ਗਏ ਅੱਗੋਂ ਉਹਨਾਂ ਦੇ ਚਾਚਿਓ ਤਾਇਓ ਗਾਂ ਮਤਲਬ MLA ਵਗੈਰਾ ਖਲਾਉਂਦੇ ਵਾਰਡ ਵਾਰਡ ਸਾਹਿਬ ਕਰਕੇ ਮਸ਼ਹੂਰ ਜਿਹੜੇ ਖਲਾਉਂਦੇ ਹਾਂ ਅਤੇ ਹੁਣ ਤੁਹਾਨੂੰ ਉਹ ਵਾਲੀ ਹਵੇਲੀ ਜ਼ਰੂਰ ਦਿਖਾਵਾਂਗਾ ਵੀ ਜਿੱਥੇ ਜਿਹਨੇ ਮਤਲਬ ਲੋਹਿਆ ਖਤਮ ਕਰਤਾ ਸਾਡੇ ਸ਼ਹਿਰ ਬਟਾਲੇ ਦੇ ਵਿੱਚ ਇੱਥੋਂ ਹੁਣ ਆਪਾਂ ਮੰਮੀ ਦਾ ਚੈੱਕਅਪ ਕਰਵਾਵਾਂਗੇ ਕਿਉਂਕਿ ਮੰਮੀ ਅੰਦਰ ਚਲੇ ਗਏ ਨੇ ਅਤੇ ਮੈਂ ਗੱਡੀ ਸਾਈਡ 'ਤੇ ਲਾਈ ਹੋਣੀ ਇੱਕ ਦੋ ਮਿੰਟ ਹੀ ਹੋਏ ਨੇ ਆਪਣੇ ਭਰਾ ਮਿਲਿਆ ਸੱਜਣ ਬੜੇ ਟਾਈਮ ਬਾਅਦ ਇੱਧਰ ਕਿੱਧਰ ਘੁੰਮਣ ਡੇ ਜੇ ਯਾਰ ਕੰਮ ਜਿਹਾ ਆਇਆ ਬੜਾ ਕੁ ਯਾਰ ਹੋ ਗਿਆ ਲਿਬੜ ਗਿਆ ਸਾਰੇ ਮੁੰਡੇ ਇਕੱਠੇ ਹੋ ਗਏ ਹਾਂ ਮਿੰਟੋ ਮਿੰਟ ਹੀ ਆਪਣੇ ਭਰਾ ਮੈਂ ਹਾਂ ਉਹ ਮਹੀਨਾ ਵੜਿਆ ਨਹੀਂ ਅਤੇ ਮਹੀਨੇ ਦੀਆਂ ਗੱਲਾਂ ਇਕੱਠੀਆਂ ਕਰਨ ਡਿਆ ਨਾ ਜੀ ਅਜੇ ਟੈਸਟ ਹੋ ਗਏ ਮੰਮੀ ਹੋਣਾ ਦੇ ਉਹ ਕਹਿੰਦੇ ਆ ਵੀ ਇਹ ਨਹੀਂ ਸੱਚ ਰਿਪੋਰਟ ਆਉਣੀ ਹੈ ਜੇ ਉਹ ਕਹਿੰਦੇ ਆ ਵੀ ਘੰਟਾ ਲੱਗ ਜਾਣਾ ਤਾਂ ਮੈਂ ਹਾਂ ਅਸੀਂ ਹੁਣ ਇੱਥੇ ਘੰਟਾ ਬੈਠੇ ਰਹਾਂਗੇ ਅਤੇ ਡਾਕਟਰ ਬੈਠਣਾ ਆ 7 ਵਜੇ ਤੱਕ ਅਤੇ ਉਹਨਾਂ ਚਿਰ ਆਪਾਂ ਕਿਰਨ ਦੀਦੀ ਵੱਲੋਂ ਹੋ ਜਾਈਏ ਆਪਾਂ ਅਤੇ ਨਾਲੇ ਜਿਹੜੀ ਹਵੇਲੀ ਵੇਖਣ ਜਾਣਾ ਉਹ ਦੇਖ ਲਈਏ ਪਹਿਲਾਂ ਆਪਾਂ ਬੱਸ ਦੇ ਉੱਤੇ ਤੱਪੜ ਲਾ ਛੱਡਿਆ ਜੀ ਉਹ ਸ਼ੀਸ਼ਾ ਟੁੱਟ ਗਿਆ ਮੰਮੀ ਉਹ ਤਾਂ ਔਖਾ ਮੈਂ ਲਾਇਆ ਤਾਂ ਉਹਨੇ ਵੀ ਗਾਂਢਾ ਤੋਪਾ ਕਰ ਲਏ ਬੱਸ ਆਵੇ ਇੱਥੋਂ ਹੁਣ ਕਿਰਨ ਦੀਦੀ ਜੇ ਆਪਾਂ ਥੋੜ੍ਹਾ ਬਹੁਤ ਫਰੂਟ ਲੈ ਲਾਂਗੇ ਉਹ ਤਾਂ ਮਾਂਡਾ ਭੌਂ ਭੌਂ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਕਿੱਦਾਂ ਚਾ ਵਧੀਆ ਮਾਸੀ ਜੀ ਅੰਦਰ ਹੀ ਪੜਦੇ ਲੱਗਦਾ ਨਵੇਂ ਲੈ ਕੇ ਆਏ ਹੈਂ ਵਾਹ ਹੈਪੀ ਦੀਵਾਲੀ ਇਹ ਭਾਜੀ ਹੁਣੇ ਕੀਤੀ ਚੀਜ਼ ਤਿਆਰ ਡਿਸਕਾਂ ਤੋਂ ਟਿਸ਼ੂ ਪੇਪਰ ਰੱਖਣ ਵਾਸਤੇ ਇਹ ਹੁਣ ਆਪਾਂ ਨੂੰ ਪਤਾ ਤਾਂ ਨਹੀਂ ਕਿਹੜੀ ਗਮ ਦੇ ਨਾਲ ਮਤਲਬ ਇਹਨੂੰ ਤਿਆਰ ਕੀਤਾ ਹੈ ਪਰ ਚੀਜ਼ ਵਧੀਆ ਹੈਲਦੀ ਨਾ ਇਹ ਕੰਮ ਮਜ਼ਬੂਤ ਹੀ ਹੈ ਕੰਮ ਜੇ ਆਹ ਸੈਂਡਵਿਚ ਬਣਾਉਣ ਵਾਸਤੇ ਮਸ਼ੀਨ ਲਿਆਂਦੀ ਦੀਦੀ ਹੋਣਾਂ ਨੇ ਇੱਦਾਂ ਰੋਜ਼ ਮੰਮੀ ਕਹਿੰਦਾ ਬਿਜਲੀ ਵਾਲਾ ਪਰਸ ਲਿਆਂਦਾ ਨਹੀਂ ਤਾਰ ਮਗਰ ਲਗਾ ਦੇ ਨਾ ਤਾਰ ਤਾਰ ਪੂਰੀ ਮਗਰ ਲਗਾ ਦੇ ਨਹੀਂ ਨਹੀਂ ਮਗਰ ਆਵੇ ਪਰਸ ਬੜਾ ਵਧੀਆ ਚ ਕੇ ਨੋਟ ਨਾਟ ਪੈ ਜਾਂਦੇ ਸੈਂਡਵਿਚ ਬਣਾਈ ਦੇ ਆਪਣੀ ਹੈਗੀ ਚਾਹ ਦੀਦੀ ਹੁਣੀ ਹੁਣ ਰਹਿਣਗੇ ਘਰੇ ਆਪਾਂ ਚੱਲੇ ਹਾਂ ਹਵੇਲੀ ਦੇਖਣ ਵਾਸਤੇ ਨਾਲ ਉਸਤਾਦ ਜੀ
ਗੁਰਦੁਆਰਾ ਅਚਲ ਸਾਹਿਬ ਮੇਲਾ ਆ 1 ਤਰੀਕ ਨੂੰ 2 ਨੂੰ ਤੇ 3 ਨੂੰ ਮਾਮਾ ਸਾਡੇ ਸੰਧੂ ਵਾਲਾ 2 ਦਿਨ ਮੇਰੇ ਖਿਆਲ ਫਿਰ ਦੋਵੇਂ ਦਿਨ ਹੀ ਲੰਗਰ ਲਾਉਂਦਾ ਉਹ ਰੇੜੇ ਦੇ ਭੈਰੋ ਘਰੋਂ ਪਕਾ ਕੇ ਨਾ ਲੈ ਆਉਂਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੇ ਲੁਕਣ ਮਚਾਈ ਖੇਡੀ ਸੀ ਕਿਤੇ ਬਾਕੀ ਥੋੜਾ ਬਹੁਤ ਡੈਡੀ ਦੱਸ ਦੇ ਸ਼ਾਰਟ ਵਿੱਚ ਨਹੀਂ ਦੱਸਿਓ ਸਿੱਧਾ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਲੁਕਣ ਮਿਰਚੀ ਖੇਡੀ ਮੇਲਾ ਸੁਣ ਸਵਰਾਤ ਦਾ ਬਾਬਾ ਅਚਲ ਬਟਾਲੇ ਆਈ ਇਹ ਸ਼ਬਦ ਵੀ ਗੁਰਬਾਣੀ ਦੇ ਵਿੱਚ ਤੇ ਇੱਥੇ ਆ ਕੇ ਫਿਰ ਸਿੱਧਾ ਨਾਲ ਗੋਸ਼ਟੀ ਹੋਈ ਮਤਲਬ ਗੱਲਬਾਤ ਵਿਚਾਰ ਵਟਾਂਦਰਾ ਹੋਇਆ ਤੇ ਉਹਦੇ ਵਿੱਚ ਫਿਰ ਕੋਈ ਕਹਿੰਦੇ ਸਾਡੇ ਨਾਲ ਲੁਕਣ ਮਿਰਚੀ ਖੇਡੋ ਫਿਰ ਕੋਈ ਉਹ ਡੱਡੂ ਬਣ ਗਿਆ ਕੋਈ ਮੱਸੀ ਬਣ ਗਿਆ ਕੋਈ ਕੁਛ ਬਣ ਗਿਆ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਦਾਂ ਹੀ ਚੁੱਕ ਚੁੱਕ ਕੇ ਮਤਲਬ ਲੈਣ ਦਾ ਬਾਹਰ ਰੱਖਿਆ ਤੇ ਜਦੋਂ ਫਿਰ ਕਹਿੰਦੇ ਅਸੀਂ ਆਪ ਜਾਂਦੇ ਹਾਂ ਲੁਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਪੰਜ ਭੌਤਿਕ ਸਰੀਰ ਨੂੰ ਪੰਜੀ ਥਾਂ ਮੰਨਤਾ ਮਿੱਟੀ ਨਾਲ ਮਿੱਟੀ ਹੋ ਗਏ ਪਾਣੀ ਨਾਲ ਪਾਣੀ ਅੱਗ ਨਾਲ ਅੱਗ ਹਵਾ ਨਾਲ ਹਵਾ ਇੱਦਾਂ ਕਰਕੇ ਜਲ ਨਾਲ ਜਲ ਰਲ ਗਏ ਪੰਜੀ ਥਾਂ ਫਿਰ ਉਹਨਾਂ ਨੇ ਦੱਸਿਆ ਨਹੀਂ ਭਾਈ ਬਾਲਾ ਮਰਦਾਨਾ ਜੀ ਨੇ ਕਿਹਾ ਵੀ ਜੇ ਨਾ ਲੱਭੇ ਤੇ ਤੁਸੀਂ ਫਿਰ ਆਹ ਇੱਕ ਡੋਲੂ ਆ ਜਲ ਪਿਆ ਇੱਥੋਂ ਵਾਹਿਗੁਰੂ ਕਹਿ ਕੇ ਸਤਿ ਕਰਤਾਰ ਕਹਿ ਕੇ ਨਾਂ ਲਿਓ ਅਰਦਾਸ ਬੇਨਤੀ ਕਾਲ ਪੁਰਖ ਅੱਗੇ ਤੇ ਮੈਂ ਇੱਥੇ ਹਾਜ਼ਰ ਹੋ ਜਾਵਾਂਗਾ ਉਹਨਾਂ ਫਿਰ ਇੱਦਾਂ ਕੀਤਾ ਭਾਈ ਮਰਦਾਨਾ ਜੀ ਨੇ ਭਾਈ ਬਾਲਾ ਜੀ ਨੇ ਤੇ ਫਿਰ ਉਹ ਹਾਜ਼ਰ ਹੋਏ ਤੇ ਸਿੱਧਾ ਨੇ ਫਿਰ ਆਖਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਉਹਨਾਂ ਸ਼ਬਦ ਵੀ ਉਚਾਰਨ ਕੀਤਾ ਵੀ ਨਾਨਕ ਤੇਰੀ ਵੱਡੀ ਕਮਾਈ ਆ ਤੂੰ ਸਾਡੇ ਤੋਂ ਅਸੀਂ ਤੇਰੇ ਤੋਂ ਬਲਿਹਾਰ ਜਾਂਦੇ ਹਾਂ ਤੇ ਇੱਥੇ ਅਚਲ ਬਟਾਲੇ ਦਾ ਮੇਲਾ ਕੱਲ੍ਹ ਨੌਵੀਂ ਦਸਵੀਂ ਤੇ ਕੱਲ੍ਹ ਨੌਵਾਂ ਤੇ ਪਰਸੋਂ ਦਸਵੀਂ ਕਹਿੰਦੇ ਆ ਉੱਥੇ ਫਿਰ ਆ ਕੇ ਮੇਲਾ ਲੱਗਦਾ ਹਾਂਜੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਵਾਲੀਆਂ ਗੱਲਾਂ ਬਾਤਾਂ ਸੁਣ ਕੇ ਤੇ ਬਹੁਤ ਵਧੀਆ ਲੱਗਿਆ ਹੋਊਗਾ ਤੇ ਹੁਣ ਆਪਾਂ ਜਾ ਰਹੇ ਹਾਂ ਬਸ ਤੁਹਾਨੂੰ ਹਵੇਲੀ ਦਿਖਾਉਂਦੇ ਹਾਂ ਆਪਾਂ ਇੱਧਰ ਥੋੜ੍ਹਾ ਅੱਗੇ ਜਾਵਾਂਗੇ ਆਹ ਗੇਟ ਲੰਘ ਕੇ ਆਹ ਤੇ ਬਹੁਤ ਵਧੀਆ ਰੁੱਖ ਲੱਗੇ ਹੋਏ ਇੱਧਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਜੇ ਇੱਦਾਂ ਹਰ ਇੱਕ ਰੋਡ ਦੇ ਨਾਲ ਨਾਲ ਰੁੱਖ ਹੋਣ ਨਾ ਤਾਂ ਇੰਨੀ ਜ਼ਿਆਦਾ ਗਰਮੀ ਤਾਂ ਨਾ ਇੰਨਾ ਜ਼ਿਆਦਾ ਪੋਲਿਊਸ਼ਨ ਹੋਵੇ ਵੀ ਇਹ ਪਰ ਤੁਹਾਨੂੰ ਰੁੱਖ ਦੇਖਣ ਨੂੰ ਮਿਲਣਗੇ ਗੰਡੇ ਕੇ ਚੋਣੀ ਵਾਲੀ ਬੱਸ ਆਪਾਂ ਸਾਰੇ ਜਣੇ ਪਹੁੰਚ ਚੁੱਕੇ ਹਾਂ ਆਹ ਸਾਹਮਣੇ ਗੁਰਦੁਆਰਾ ਸਾਹਿਬ ਮਾਤਾ ਸੁਲੱਖਣੀ ਦਾ ਅਤੇ ਇੱਧਰ ਸਾਈਡ ਬਿਲਡਿੰਗ ਆ ਆਹ ਦੇਖੋ ਬਣੀ ਹੋਈ ਕਹਿੰਦੇ ਵੀ ਸ਼ਹਿਰ ਬਟਾਲੇ ਵਿੱਚ ਸਰੀਆ ਖਤਮ ਹੋ ਗਿਆ ਇਹ ਲੋਹਿਆ ਜਦੋਂ ਇਹ ਮਤਲਬ ਤਿਆਰ ਹੋਈ ਆ ਹਵੇਲੀ ਅਤੇ ਇਹਦੇ ਅੰਦਰ ਜਾ ਕੇ ਦੇਖਦੇ ਹਾਂ ਅਤੇ ਨਾਲੇ ਗੱਲਬਾਤ ਕਰਦੇ ਹਾਂ ਨੇੜੇ ਤੇੜੇ ਦੇ ਲੋਕਾਂ ਨਾਲ ਆਹ ਹਵੇਲੀ ਬਣੀ ਹੋਈ ਆ ਬਹੁਤ ਜ਼ਿਆਦਾ ਦੇਖੋ ਪੁਰਾਣੀ ਆ ਪੈਸਾ ਵੀ ਪਹਿਲੀਆਂ ਦੇ ਵਿੱਚ ਕਾਫੀ ਜ਼ਿਆਦਾ ਲੱਗਾ ਇਹ ਕਹਿੰਦੇ ਵੀ ਇੱਥੇ ਪਤਾ ਨਹੀਂ ਕਿੰਨੇ ਕਰੋੜ ਮੈਂ ਦੇਖ ਰਿਹਾ ਯੂਟਿਊਬ 'ਤੇ ਕਿੰਨੇ ਕਰੋੜ ਇੱਟ ਲੱਗੀ ਡੱਡ ਜੀ ਇੱਥੇ ਮਹਿਲ ਹੀ ਆ ਕੇ ਇਹਨਾਂ ਦਾ ਡੱਡ ਜੀ ਥੋੜ੍ਹਾ ਬਹੁਤ ਤੁਹਾਨੂੰ ਪਤਾ ਕੌਣ ਮਤਲਬ ਕਿੰਨਾ ਚੋਹੀ ਹੈ ਇਹਨਾਂ ਦਾ ਅੱਗੇ ਚੱਜ ਤਾਂ MLA ਕੈਪਟਨ ਬਾਠ ਖਲੋਂਦਾ ਰਿਹਾ ਸਾਡੀ ਇਸ ਏਰੀਏ ਦੇ ਵਿੱਚ MLA ਅਕਾਲੀ ਦਲ ਵੱਲੋਂ ਇੱਟਾਂ ਮੈਂ ਆ ਵੇਖੋ ਕਿੰਨੀਆਂ ਪੁਰਾਣੀਆਂ ਲੱਗੀਆਂ ਹੋਈਆਂ ਦੇਖੋ ਇੱਧਰ ਬਣਿਆ ਛੱਤਾਂ ਵੀ ਛੱਤਾਂ ਤੇ ਚੈੱਕ ਕਰੋ ਮਿੱਟੀ ਜਿਹੀਆਂ ਬਣੀਆਂ ਬਹੁਤ ਵਧੀਆ ਗਾਡਰ ਵੇਖ ਲਓ ਕਿੰਨੇ ਮਜ਼ਬੂਤ ਹੈ ਭਾਜੀ ਗਾਡਰ ਦੇਖੋ ਕਿੰਨੇ ਮਜ਼ਬੂਤ ਲੱਗੇ ਹੋਏ ਆ ਲੱਕੜ ਵੀ ਪਹਿਲਾਂ ਡਰ ਜੀ ਮੈਂ ਡਰ ਜੀ ਲੱਕੜ ਵੀ ਹੈ ਨਾ ਬਿਆਰ ਦੀ ਲੱਗੀ ਮੈਨੂੰ ਲੱਗਦਾ ਹੈ ਨਾ ਬਿਆਰ ਹੈ ਨਾ ਕਿਉਂਕਿ ਆਪਣਾ ਲੱਕੜ ਦਾ ਕੰਮ ਹੈ ਲੱਕੜ ਵੀ ਬਹੁਤ ਜ਼ਿਆਦਾ ਮਹਿੰਗੀ ਆ ਜਿਹੜੀ ਜਿਹੜੀ ਲੱਗੀ ਹੋਈ ਹੈ ਬਿਆਰ ਦੀ ਲੱਕੜ ਆ ਹੁਣ ਤੁਹਾਨੂੰ ਅੱਜ ਉੱਪਰ ਖੜਦੇ ਹਾਂ ਆ ਪਹਿਲਾਂ ਵੇਖੋ ਬਾਰੀਆਂ ਵੀ ਪਹਿਲੇ ਟੈਪ ਦੀਆਂ ਬਣੀਆਂ ਹੋਈਆਂ ਸਾਰੀਆਂ ਧਿਆਨ ਨਾਲ ਮੇਨ ਗੇਟ ਜਿਹੜਾ ਬੰਦ ਕੀਤਾ ਹੋਇਆ ਆਪਾਂ ਹੁਣ ਇੱਧਰ ਮਤਲਬ ਕੋਠੀ ਦੇ ਬੈਕ ਸਾਈਡ ਜਾਵਾਂਗੇ ਪਿੱਛੋਂ ਦੀ ਚਲੋ ਚਲੋ ਆਏ ਸੰਤਰੇ ਲੱਗੇ ਸੰਦੀਪ ਆਹੋ ਅੱਛਾ ਉਹ ਬਿਲਡਿੰਗ ਵੀ ਵਿੱਚੇ ਆਉਂਦੀ ਸੀਗੀ ਹਾਂ ਦੇਖੋ ਕਿੱਡਾ ਸੋਹਣਾ ਚਲੋ ਉੱਪਰ ਮਿਲਦੇ ਹਾਂ ਅੱਛਾ ਅੱਛਾ ਬਹੁਤ ਪੁਰਾਣਾ ਚੈੱਕ ਕਰੋ ਤੁਸੀਂ ਆਹ ਟੀਨਾਂ ਉੱਪਰ ਲੱਗੀਆਂ ਹੋਈਆਂ ਉਹ ਵੀ ਕਾਫੀ ਪੁਰਾਣੀਆਂ ਜਿਵੇਂ ਕਿ ਉਹ ਕੁਝ ਕੁ ਡਿੱਗ ਪਈਆਂ ਨੇ ਉੱਧਰ ਸਾਈਡ ਤੋਂ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਵਾ ਹੈ ਨਾ ਇਸ ਟਾਈਮ 'ਤੇ ਖੰਡਰੀ ਬਣ ਗਈ ਬਿਲਕੁਲ ਹਵੇਲੀ ਪਹਿਲੀਆਂ ਟਾਈਮਾਂ ਦੇ ਵਿੱਚ ਮੈਨੂੰ ਲੱਗਦੀ ਗੱਲ ਬਹੁਤਾਂ ਨਹੀਂ ਤਾਂ 2-3 ਕਰੋੜ ਰੁਪਈਆ ਲੱਗਾ ਹੋਊਗਾ ਇੱਧਰ ਕੀ ਇੱਕ ਖੂਹ ਆ ਕਾਫੀ ਵੱਡਾ ਅੱਛਾ ਖੂਹ ਉਹ ਤੁਹਾਡਾ ਭਲਾ ਹੋ ਜਾਵੇ ਓਏ ਬਹੁਤ ਡੂੰਘਾ ਆਏ ਤੇ ਬਹੁਤ ਵੱਡਾ ਭਾਜੀ ਆਹ ਖੂਹ ਦਿਖਾਓ ਆਹ ਦੇਖੋ ਟਾਈਲਾਂ ਵੇਖ ਲਓ ਕਿੰਨੀਆਂ ਪੁਰਾਣੀਆਂ ਕਹਿੰਦੇ ਵੀ ਜਦੋਂ ਕਹਿੰਦੇ ਆ ਵੀ ਜਦੋਂ ਪਹਿਲਾਂ ਟਾਈਲਾਂ ਇਹਨਾਂ ਦੇ ਇੱਥੇ ਲੱਗੀਆਂ ਬਾਹਰ ਦੇ ਦੇਸ਼ੋਂ ਮੰਗਵਾਈਆਂ ਗਈਆਂ ਟਾਈਲਾਂ ਇੱਧਰੋਂ ਤਾਂ ਮਿਲੀਆਂ ਨਹੀਂ ਵੈਸੇ ਇਹਨੂੰ ਵੀ ਪੂਰ ਦਿੱਤਾ ਵਾ ਕੂੜਾ ਕਾੜਾ ਸੁੱਟ ਕੇ ਵੈਸੇ ਕੂੜਾ ਨਹੀਂ ਸੁੱਟਣਾ ਚਾਹੀਦਾ ਚਲੋ ਪਰ ਹੁਣ ਆਪਾਂ ਕਿੱਦਾਂ ਰੁਕ ਸਕਦੇ ਸਹੀ ਨਾ ਹੁਣ ਇੱਥੋਂ ਕਰਾਂਗੇ ਆਪਾਂ ਐਂਟਰੀ ਪਹਿਲਾਂ ਡਰ ਜੀ ਨੀਚੇ ਵਾਲਾ ਪੋਰਸ਼ਨ ਦੇਖ ਲਈਏ ਨਾ ਆਪਾਂ
ਇਧਰ ਆ ਕਿੱਡੀ ਵਧੀਆ ਚੀਜ਼ ਬਣੀ ਹੋਈ ਆ ਕੋਈ ਗੱਲ ਨੀ ਕੋਈ ਨੀ ਆ ਜਾਓ ਨਾ ਤੁਸੀਂ ਛੇੜਿਓ ਨਾ ਯਾਰ ਉਹਨਾਂ ਨੂੰ ਪਿਆਰ ਨਾਲ ਆ ਜਾਓ ਦਰਵਾਜ਼ੇ ਵੇਖੋ ਕਿੰਨੇ ਪੁਰਾਣੇ ਲੱਗੇ ਹੋਏ ਆ ਬਹੁਤ ਹੀ ਜ਼ਿਆਦਾ ਪੁਰਾਣੇ ਆ ਛੱਤ ਉੱਪਰਲੀ ਦੇਖੋ ਕਿੱਡੀ ਸ਼ਾਨਦਾਰ ਬਣੀ ਹੋਈ ਆ ਕੀ ਚੀਜ਼ ਡਾਟ ਜੀ ਇਹ ਡਾਟ ਲਾਈ ਡਾਟ ਲਾ ਕੇ ਇੱਟਾਂ ਨਾ ਗਾਟਰ ਦੇ ਵਿੱਚੋਂ ਥੋੜ੍ਹਾ ਟੇਪਰ ਜਿਹਾ ਕਰਕੇ ਬਣਾਉਂਦੇ ਬਠਿੰਡੇ ਵਾਲੇ ਇੱਧਰ ਅੱਗੇ ਲਾਉਂਦੇ ਪਹਿਲੀਆਂ 'ਚ ਇੱਦਾਂ ਲੈਂਟਰ ਵਾਲਾ ਹਿਸਾਬ ਹੈ ਮੈਂ ਕਿਹਾ ਡਾਟ ਜੀ ਉਹ ਮੈਂ ਪੱਲੇ ਕਿੰਨੇ ਪੁਰਾਣੇ ਲੱਗੇ ਹੋਏ ਕਿੱਡੇ ਵਧੀਆ ਡਿਜ਼ਾਈਨ ਦੇ ਨਾਲ ਉੱਪਰ ਵਾਲੇ ਬਹੁਤ ਕਾਰਾਗਰੀ ਕੀਤੀ ਹੈ ਨਿਕਾਸੀ ਕੀਤੀ ਬੜੀ ਬੜੀ ਜ਼ਬਰਦਸਤ ਕੋਈ ਗੱਲ ਨਹੀਂ ਕਰਨ ਵਾਲੀ ਦਰਵਾਜ਼ਿਆਂ ਵਿੱਚ ਵੇਖੋ ਕਿੱਦਾਂ ਦੇ ਫੁੱਲ ਹੈ ਮੂਠੀਆਂ ਪਾ ਪਾ ਕੇ ਬਣਾਏ ਪਹਿਲੀਆਂ ਤਾਂ ਚਾਹ ਵੇਖੋ ਹੁਣ ਤਾਂ ਚਲੋ ਫੁੱਲ ਦਾ ਤੁਹਾਨੂੰ ਕਲੀਅਰ ਨਹੀਂ ਦਿਖਣੇ ਵੀ ਆਹ ਦੇਖੋ ਫੁੱਲ ਪਹਿਲਾਂ ਬਣੇ ਹੋਏ ਆ ਇਹ ਦਿੱਲੇ ਹੈ ਨਾ ਇਹਨੂੰ ਕਹਿੰਦੇ ਨਾ ਦਿੱਲਾ ਦਿੱਲੇ ਪਾਏ ਲੇਕਿਨ ਲੱਕੜ ਵੀ ਬਹੁਤ ਹੈਵੀ ਬਹੁਤ ਲੱਕੜ ਮਜ਼ਬੂਤ ਅਜੇ ਵੀ ਹੈ ਇਹਨੂੰ ਪਾਲਿਸ਼ ਕੀਤਾ ਜਾਵੇ ਤਾਂ ਐਂ ਲੱਗਦਾ ਜਿਵੇਂ ਅੱਜ ਕੱਲ੍ਹ ਹੀ ਤਿਆਰ ਕੀਤੇ ਹੋਏ ਅਤੇ ਆਹ ਵੇਖੋ ਕੁੰਡੇ ਪਹਿਲਾਂ ਇੱਦਾਂ ਕੁੰਡੇ ਲੱਗਦੇ ਜਿਵੇਂ ਕਿਤੇ ਮੰਮੀ ਵੇਖੋ ਭੂੰਡ ਨਾ ਲੜ ਜਾਣ ਦਰਵਾਜ਼ੇ ਨੂੰ ਟੱਚ ਨਾ ਕਰ ਮੰਮੀ ਭੂੰਡ ਨਾ ਹੋਣ ਕਿਤੇ ਟੱਚ ਨਾ ਕਰੋ ਚੰਗਾ ਕਿਸੇ ਚੀਜ਼ ਨੂੰ ਆਹ ਘਰਘਿਣੀ ਲੱਗੀ ਆ ਜਾਓ ਹੁਣ ਆਪਾਂ ਦੂਸਰੇ ਪੋਰਸ਼ਨ 'ਤੇ ਚੱਲਦੇ ਉੱਪਰ ਇੱਧਰ ਕੀ ਆ ਇੱਧਰ ਭੂੰਡ ਆ ਇੱਧਰ ਨਹੀਂ ਜਾਇਆ ਜਾਣਾ ਇੱਧਰੋਂ ਚੱਲਦੇ ਭੂੰਡ ਬੜੇ ਜਿਹੇ ਮੂੰਹ ਬੰਦ ਕਰਕੇ ਆਇਓ ਮੂੰਹ ਬੰਦ ਕਰਦੇ ਭੂੰਡ ਬਹੁਤ ਜ਼ਿਆਦਾ ਧਿਆਨ ਨਾਲ ਇੱਧਰ ਉੱਪਰਲੀਆਂ ਛੱਤਾਂ ਦੇਖੋ ਕਿੱਡੀਆਂ ਸੋਹਣੀਆਂ ਗੁਲਾਈ ਵਿੱਚ ਬਣਾਈਆਂ ਨੇ ਇਹਨਾਂ ਨੇ ਠੀਕ ਹੈ ਜੀ ਇੱਧਰ ਕੀ ਚੀਜ਼ ਆ ਆਹ ਵੀ ਬਹੁਤ ਜ਼ਬਰਦਸਤ ਚੀਜ਼ ਬਣੀ ਹੋਈ ਆ ਆਹ ਦੇਖਦੇ ਹਾਂ ਕੀ ਚੀਜ਼ ਆ ਇਹ ਤਾਂ ਮੈਨੂੰ ਲੱਗਦਾ ਹਾਂ ਵਾਸ਼ਰੂਮ ਬਣਿਆ ਹੋਇਆ ਕਿਆ ਹੀ ਬਾਤ ਆ ਕੋਈ ਪੁਰਾਣਾ ਪਤਾ ਨਹੀਂ ਵਾਸ਼ਰੂਮ ਜਾਂ ਕੀ ਚੀਜ਼ ਵਾ ਆਹ ਵੇਖੋ ਇੱਧਰ ਪਤਾ ਨਹੀਂ ਹੁਣ ਮੈਨੂੰ ਇਹ ਤਾਂ ਵੈਸੇ ਇਹ ਇੱਧਰ ਪਾਣੀ ਦਾ ਨਿਕਾਸ ਇਹਦੇ ਵਿੱਚ ਬੰਦਾ ਸਪੈਸ਼ਲ ਰਹਿੰਦਾ ਉਹ ਆਵੇ ਪਾਣੀ ਵਾਸਤੇ ਹੌਦੀ ਬਣੀ ਹਾਂ ਇਹ ਤਾਂ ਹੌਦੀ ਬਣੀ ਪਾਣੀ ਵਾਸਤੇ ਜਿਹੜਾ ਇਹਨੂੰ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਆਇਆ ਗਿਆ ਇੱਥੋਂ ਪਾਣੀ ਇਹਨਾਂ ਨੂੰ ਠੰਡਾ ਜਲ ਪਿਆਉਂਦਾ ਉਹਦੇ ਵਿੱਚ ਰੱਬ ਗੱਲਾ ਸੀ ਕੋਈ ਰੱਖਦੇ ਇਹਦੇ ਵਿੱਚ ਡਿਜ਼ਾਈਨਿੰਗ ਮੈਂ ਬਹੁਤ ਜ਼ਿਆਦਾ ਜ਼ਬਰਦਸਤ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਹ ਬੀਮ ਹੀ ਚੈੱਕ ਕਰ ਲਓ ਤੁਸੀਂ ਬੀਮ ਕਿੱਡੇ ਰੀਜਨਲ ਬਣੇ ਹੋਏ ਆ ਸੰਦੀਪ ਅੱਗੇ ਆ ਜਾਓ ਭੂੰਡ ਨਾਲ ਲੜ ਜਾਣਾ ਅੱਗੇ ਆ ਜਾਓ ਭੂੰਡ ਵੇਖੋ ਕੰਨੇ ਜੀ ਬਹੁਤ ਜ਼ਿਆਦਾ ਆ ਜਾਓ ਜਾਓ ਇੱਧਰ ਧਿਆਨ ਨਾਲ ਡਿੱਗਣਾ ਪਿਓ ਆ ਵੇਖੋ ਇੱਧਰੋਂ ਦੀ ਵੀ ਰਸਤਾ ਹੈਗਾ ਆ ਪੌੜੀਆਂ ਤਾਂ ਜਾ ਸਕਦੇ ਹਾਂ ਵੇਖੋ ਅਤੇ ਇੱਧਰੋਂ ਦੀ ਵੀ ਹੈਗਾ ਹੁਣ ਇੱਧਰੋਂ ਦੀ ਆਪਾਂ ਉੱਪਰ ਜਾਵਾਂਗੇ ਭੂੰਡ ਵੇਖ ਲਿਆ ਬਸ ਧਿਆਨ ਨਾਲ ਕਿੱਥੇ ਉਹ ਨਿੱਕੀ ਜੀ ਉਹਦੀ ਨਹੀਂ ਕੋਈ ਗੱਲ ਆ ਜਾਓ ਧਿਆਨ ਨਾਲ ਮਜ਼ੇ ਆਹ ਵੇਖੋ ਹਵਾ ਵਾਸਤੇ ਕਿੱਡੇ ਵਧੀਆ ਇਹਨਾਂ ਨੇ ਰੋਸ਼ਨਦਾਨ ਜਿਹੇ ਛੱਡੇ ਹੋਏ ਆ ਛੋਟੇ ਛੋਟੇ ਪਰ ਇਹ ਵੀ ਧਿਆਨ ਦੇ ਨਾਲ ਬਹੁਤ ਜ਼ਿਆਦਾ ਧਿਆਨ ਨਾਲ ਹੁਣ ਆਪਾਂ ਉੱਪਰ ਆ ਗਏ ਕਿਉਂਕਿ ਉੱਧਰ ਬਹੁਤ ਜ਼ਿਆਦਾ ਭੂੰਡ ਲੱਗੇ ਹੋਏ ਆ ਹੁਣ ਇਸ ਤੋਂ ਉੱਪਰ ਵਾਲੇ ਫਲੋਰ 'ਤੇ ਜਾਂਦੇ ਹਾਂ ਤਾਂ ਆਹ ਚੰਗਾਠ ਵੀ ਡਿੱਗ ਪਈ ਆ ਭਾਅ ਜੀ ਆਹ ਚੰਗਾਠ 'ਤੇ ਲਾਓ ਇੱਧਰ ਆਣ ਕੇ ਆਹ ਵੇਖੋ ਡਿਜ਼ਾਇਨਿੰਗ ਕਿੱਡੀ ਸੋਹਣੀ ਹੋਈ ਆ ਕਿੱਦਾਂ ਬਹੁਤ ਜ਼ਿਆਦਾ ਉੱਚਾ ਵੇਖੋ ਇਹ ਵੀ ਪੂਰੀ ਖੰਡਰੀ ਹੋ ਚੁੱਕੀ ਹਵੇਲੀ ਬਿਹਾਰ ਦੀ ਲੱਕੜ ਆ ਨਾ ਟੁੱਟਣ ਵਾਲੇ ਨੀ ਹਨਾ ਅਜੇ ਤੱਕ ਉਹ ਕਬਜ਼ੇ ਮੈਂ ਡਾਕਟਰ ਜੀ ਜਿਹੜੇ ਅੱਜ ਕੱਲ੍ਹ ਅਸੀਂ ਹੁਣ ਵੀ ਲਾਉਂਦੇ ਹਾਂ ਆਹ ਕਿੰਨੇ ਸਾਲਾਂ ਪੁਰਾਣੇ ਵੀ ਅੱਜ ਤੱਕ ਐਡੇ ਟੌਪ ਦੇ ਕਬਜ਼ੇ ਲਾਏ ਹੋਣ ਹਨਾ ਚਲੋ ਖਿੜਕੀਆਂ ਵੀ ਜਿਹੜੀਆਂ ਖਰਾਬ ਹੋ ਗਈਆਂ ਡਿੱਗੀਆਂ ਕੁਝ ਕੁ ਤੋੜ ਤਾੜ ਦਿੱਤੀਆਂ ਵਾ ਸਿਸਟਮ ਪਰ ਅੱਛਾ ਅੱਗ ਬਾਲਣ ਆ ਜਾਓ ਇੱਧਰ ਬਾਹਰ ਇੱਧਰ ਨੂੰ ਭਾਅ ਜੀ ਇੱਧਰ ਦੇਖਦੇ ਹਾਂ ਆ ਜਾਓ ਇੱਧਰ ਹੁਣ ਅੱਗੇ ਬਾਹਰ ਚੱਲਦੇ ਹਾਂ ਆਪਾਂ ਆ ਦੇਖੋ ਇੱਧਰਲੀ ਸਾਈਡ ਵੀ ਬਣਿਆ ਹੋਇਆ ਵਾ ਆ ਬਹੁਤ ਵਧੀਆ ਪਰ ਆ ਵੇਖੋ ਬੋਰਡ ਪਿੱਪਲ ਉੱਗ ਗਏ ਆ ਆਹ ਬੈਠਣ ਵਾਸਤੇ ਬਹੁਤ ਵਧੀਆ ਵੈਸੇ ਬਣਿਆ ਉੱਪਰ ਉੱਪਰ ਜਾਣਾ ਚਾਹੀਦਾ ਵੈਸੇ ਵੇਖਣ ਹੈ ਇੱਧਰੋਂ ਦੀ ਹੈ ਜਾ ਤੁਸੀਂ ਤੂੰ ਨਾ ਜਾਈ ਸੰਦੀਪ ਡਾਕਟਰ ਜੀ ਇੱਕ ਮਿੰਟ ਰੁਕ ਜਾਓ ਜਾਇਓ ਨਾ ਅਜੇ ਖਤਮ ਹੀ ਹੋਇਆ ਜੇ ਕੰਮ ਤੁਸੀਂ ਨਾ ਜਾਇਓ ਵੀ ਆਹ ਟੁੱਟੀਆਂ ਇੱਧਰੋਂ ਭਾਜੀ ਮਜ਼ੇ ਆਇਓ ਮਜ਼ੇ ਡਿੱਗਣਾ ਪਵੇ ਧਿਆਨ ਨਾਲ ਧਿਆਨ ਨਾਲ ਆਇਓ ਵੀ ਲੱਗੀਆਂ ਤੇ ਮਜ਼ਬੂਤ ਹੀ ਕੰਮ ਪਰ ਮੈਂ ਆਹ ਬਹੁਤ ਮਾੜਾ ਜਿਹਾ ਆਹ ਡਾਕਟਰ ਜੀ ਮਜ਼ਬੂਤ ਹੀ ਆ ਵੇਖ ਲਓ ਕਿਤੇ ਇਹ ਨਾ ਹੋਵੇ ਥੱਲੇ ਆਣ ਪਈਏ ਆਹ ਦੇਖੋ ਆਹ ਵੀ ਕਿੰਨੀ ਪੁਰਾਣੀ ਇੱਧਰ ਬਣੀ ਹੋਈ ਆ
ਹਵੇਲੀ ਮੈਨੂੰ ਨਹੀਂ ਪਤਾ ਸਾਡੇ ਸ਼ਹਿਰ ਬਟਾਲੇ ਦੇ ਵਿੱਚ ਵੀ ਹੈਗੀ ਆ ਪਰ ਡੈਡੀ ਲੈਂਦੇ ਸੀ ਨਾਮ ਮੈਂ ਹਾਂ ਉੱਥੇ ਵਾ ਲੋਕੀ ਰਹਿੰਦੇ ਹੋਣਗੇ ਮੈਨੂੰ ਨਹੀਂ ਪਤਾ ਵੀ ਆਹ ਚੀਜ਼ ਬਣ ਚੁੱਕੀ ਹੈ ਖੰਡਰ ਹੋ ਚੁੱਕੀ ਹੈ ਚੀਜ਼ ਹੁਣ ਉਹ ਵੀਡੀਓ ਵੀਡੀਓ ਸ਼ੂਟ ਕਰਨ ਆ ਜਾਂਦੇ ਲੋਕੀ ਹੈਨਾ ਪਰ ਪੈਸਾ ਚੰਗਾ ਲਾਇਆ ਕਿਸੇ ਨੇ ਹੈਨਾ ਆਹ ਚੀਜ਼ ਵੇਖੋ ਭਾਅ ਜੀ ਕਿੱਡੀ ਸੋਹਣੀ ਬੈਠਣ ਵਾਸਤੇ ਬਣੀ ਹੋਈ ਆਹ ਚੀਜ਼ਾਂ ਨਾ ਪਰ ਖਤਮ ਕਰਤੀਆਂ ਯਾਰ ਹੈਨਾ ਜਿਨ੍ਹਾਂ ਦੀ ਮਤਲਬ ਚੀਜ਼ ਹੈ ਨਾ ਉਹਨਾਂ ਨੂੰ ਪੈਸਾ ਲਾ ਕੇ ਚੀਜ਼ ਸਾਂਭਣੀ ਚਾਹੀਦੀ ਸੀ ਕਿ ਨਹੀਂ ਭਾਅ ਜੀ ਹੈਨਾ ਅੱਜ ਵੀ ਇਹ ਤਿਆਰ ਹੋ ਜਾਵੇ ਭਾਅ ਜੀ ਬਟਾਲਾ ਫੇਲ ਕਰ ਦੂਗੀ ਚੀਜ਼ ਹੈਨਾ ਅੱਜ ਵੀ ਪ੍ਰੋਪਰ ਤਿਆਰ ਹੋ ਜਾਵੇ ਹੂੰ ਆਹ ਚੀਜ਼ ਚੈੱਕ ਕਰੋ ਜਾਣਾ ਉੱਪਰ ਭਾਅ ਜੀ ਮੈਂ ਕਹਿਣ ਡਿਆ ਇੱਧਰੋਂ ਨਿਕਲ ਜਾਏ ਵੀ ਕਿਉਂਕਿ ਆਹ ਗਾਡਰ ਡਿੱਗਣ ਹੀ ਆਉਣਾ ਵੇਖੋ ਆਹ ਗਾਡਰ ਜਿਹੜਾ ਨਹੀਂ ਮਾੜਾ ਜਿਹਾ ਅੜਿਆ ਉਹ ਵੇਖੋ ਕਿੱਥੇ ਕਿਉਂਕਿ ਡਿੱਗਣ ਹੀ ਵਾਲਾ ਉਹ ਮਾੜਾ ਜਿਹਾ ਅੜਿਆ ਵਾ ਹੈਂ ਆਹੋ ਉੱਧਰੋਂ ਦੀ ਪਰੇ ਆਉਂਦੀ ਜਾਂਦੇ ਹਾਂ ਭਾਅ ਜੀ ਟਾਈਲਾਂ ਜਿਹੜੀਆਂ ਨਹੀਂ ਕਹਿੰਦੇ ਬਾਹਰ ਦੇ ਦੇਸ਼ੋਂ ਮੰਗਵਾਈਆਂ ਸੀ ਇਹਨਾਂ ਨੇ ਡਰ ਹੀ ਲੱਗਣ ਡਿਆ ਵੀ ਕਿਤੇ ਡਿੱਗੀ ਨਾ ਪਈਏ ਕਿਤੇ ਭਰਾਵਾ ਅੰਦਰ ਉਹ ਅਲਮਾਰੀਆਂ ਲੇਕਿਨ ਉਹਦੇ ਵਿੱਚ ਢੀਂਡੀ ਉਹ ਪਿੱਛੇ ਲੋਹੇ ਦੀ ਟੀਨ ਲੱਗੀ ਧਿਆਨ ਨਾ ਭਾਅ ਜੀ ਖੱਖਣਾ ਤੋਂ ਬਚ ਕੇ ਬਾ ਹੋਰ ਨਹੀਂ ਜੀ ਕੋਈ ਗੱਲ ਕਿੱਲੀ ਵਿਖਾਓ ਬਹੁਤ ਜ਼ਿਆਦਾ ਪੁਰਾਣੀਆਂ ਵਾ ਏਦਾਂ ਕਿੱਲੀਆਂ ਹੁੰਦੀਆਂ ਪਹਿਲਾਂ ਹਨਾ ਕੱਪੜੇ ਟੰਗਣ ਵਾਸਤੇ ਕਿੱਲੀ ਬਣੀ ਸਪੈਸ਼ਲ ਕਿੱਲੀਆਂ ਬਣੀਆਂ ਹੋਈਆਂ ਦਿੱਲੇ ਪਾਏ ਡਰ ਲੱਗਣ ਡਿਆ ਹੋਰ ਨੀ ਕੋਈ ਗੱਲ ਆ ਜਾਓ ਇੱਧਰ ਭੂੰਡ ਬੜਿਆ ਇੱਧਰ ਨਾ ਭਾਜੀ ਇੱਧਰ ਨਾ ਐਂਟਰੀ ਕਰਿਓ ਉਹ ਤੁਹਾਡੀ ਕੋਲ ਭਾਜੀ ਭੂੰਡ ਹੀ ਵਾਕਿਆ ਇੱਧਰ ਆ ਜਾਓ ਟਾਈਲਾਂ ਜਿਹੜੀਆਂ ਨੀ ਬਾਹਰ ਦੇ ਦੇਸ਼ੋਂ ਕਹਿੰਦੇ ਮੰਗਵਾਈਆਂ ਸੀ ਇਹਨਾਂ ਨੇ ਜਦੋਂ ਇਹ ਕਿਤੇ ਲਗਾਈਆਂ ਵਾ ਟਾਈਲਾਂ ਪਹਿਲੀਆਂ ਦੇ ਵਿੱਚ ਇੰਨੀਆਂ ਜ਼ਬਰਦਸਤ ਟਾਈਲਾਂ ਇਹੋ ਜਿਹਾ ਡਿਜ਼ਾਈਨ ਡੈਡ ਜੀ ਹੁਣ ਹੁਣ ਮਿਲਦੇ ਆ ਪਹਿਲੀਆਂ ਦੇ ਵਿੱਚ ਇਹਨਾਂ ਕਦੇ ਬਾਹਰ ਦੇ ਦੇਸ਼ੋਂ ਕਦੇ ਮੰਗਵਾਏ ਪਿੱਲਰ ਵੇਖੋ ਕਿੱਡੇ ਜ਼ਬਰਦਸਤ ਨੇ ਇਹਦੇ ਅੰਦਰ ਚੱਲਦੇ ਭਲਾ ਇਹਦੇ ਅੰਦਰ ਕੀ ਆ ਹੁਣ ਭਾਂਡ ਤਾਂ ਨਹੀਂ ਕਿਤੇ ਇਹ ਵੀ ਮੈਂ ਪੰਗਾ ਬੜਾ ਜੇ ਆਹ ਵੇਖੋ ਆਹ ਵੀ ਉਹ ਚੀਜ਼ ਚਿਮਣੀ ਬਣਾਈ ਹੋਈ ਅੱਗ ਬਾਲਣ ਵਾਸਤੇ ਕਿਉਂਕਿ ਆਹ ਵੇਖੋ ਅੰਦਰ ਨੂੰ ਕੁੱਪ ਬਣਿਆ ਇਹਦਾ ਅੰਦਰ ਨੂੰ ਇਹਦਾ ਅੰਦਰ ਨੂੰ ਕੁੱਪ ਬਣਿਆ ਉਹ ਵੇਖੋ ਅੰਦਰ ਨੂੰ ਖਾਲੀ ਆ ਇੱਥੇ ਅੱਗ ਉੱਗ ਬਾਲਦੇ ਰਹੇ ਮੈਨੂੰ ਲੱਗਦਾ ਇਹ ਇਹਨਾਂ ਦੀ ਮੈਨੂੰ ਲੱਗਦੀ ਗੱਲ ਹੁਣ ਕਿਚਨ ਹੀ ਆਉਣੀ ਚਾਹ ਕਿਉਂਕਿ ਆਹ ਸਾਰੀਆਂ ਛੱਤਾਂ ਵੀ ਕਾਲੀਆਂ ਹੋਈਆਂ ਵਾ ਆਹ ਵੇਖੋ ਆਹ ਚੀਜ਼ ਬਣੀ ਹੋਈ ਭਾਅ ਜੀ ਆਹ ਭਾਂਡੇ ਧੋਂਦੇ ਰਹੇ ਇੱਥੇ ਤਾਂ ਇੱਥੇ ਸੁਕਾਉਣ ਵਾਲਾ ਬਣਾਇਆ ਸਲੈਪਾਂ ਸਲੂਪਾਂ ਬਣੀਆਂ ਚਲੋ ਹੁਣ ਪਰ ਸਮੇਂ ਦੇ ਹਿਸਾਬ ਨਾਲ ਇੱਧਰ ਚੱਲਦੇ ਹਾਂ ਇੱਧਰ ਫਿਰ ਵੀ ਭਲਾ ਇੱਕ ਵਾਰੀ ਉੱਪਰ ਜਾ ਕੇ ਦੇਖੀ ਤਾਂ ਸਹੀ ਫਿਰ ਵੀ ਭੂੰਡ ਕਿੰਨੇ ਕੁ ਲੱਗੇ ਇੱਧਰ ਹੁਣ ਆਪਾਂ ਨਹੀਂ ਜਾ ਸਕਦੇ ਕਿਉਂਕਿ ਉੱਪਰ ਭੂੰਡ ਬਹੁਤ ਹੀ ਜ਼ਿਆਦਾ ਲੱਗੇ ਹੋਏ ਆ ਵੀ ਮੰਮੀ ਧਿਆਨ ਦੇ ਨਾਲ ਸਾਰੇ ਤੁਸੀਂ ਚਮੇੜ ਲਿਆ ਆਪਣੇ ਕੱਪੜਿਆਂ ਨੂੰ ਜੂ ਆਈ ਹਾਂ ਇੱਧਰ ਦੇਖਦੇ ਹਾਂ ਕੀ ਆ ਵੇਖੋ ਬਹੁਤ ਵਧੀਆ ਰੋਸ਼ਨਦਾਨ ਜਿਹੇ ਬਣੇ ਹੋਏ ਆ ਇੱਧਰ ਆਹ ਤੁਸੀਂ ਦੇਖ ਸਕਦੇ ਹੋ ਆ ਉਹ ਤੁਹਾਡਾ ਭਲਾ ਹੋ ਜੇ ਜਿੱਧਰ ਜਾਂਦੇ ਭੂੰਡ ਹੀ ਆ ਯਾਰ ਉਹ ਵੇਖੋ ਗਾਂਹ ਲੱਗਾ ਸੀ ਹੁਣ ਕੰਮ ਹੋ ਜਾਣਾ ਸੀ ਨਾਲ ਹੀ ਇੱਧਰ ਬਾਹਰ ਚੱਲਦੇ ਹਾਂ ਬਾਹਰ ਕੀ ਆ ਥੋੜ੍ਹਾ ਜਿਹਾ ਬਾਹਰ ਦੇਖਦੇ ਹਾਂ ਬਾਹਰ ਮੂੰਹ ਬਚਾ ਕੇ ਜਾਣਾ ਪੈਣਾ ਉਹ ਕਿਆ ਹੀ ਬਾਤ ਆ ਇੱਧਰ ਨਾ ਆਇਓ ਮੰਮੀ ਤੁਸੀਂ ਇੱਧਰ ਭੂੰਡ ਬਹੁਤ ਜ਼ਿਆਦਾ ਆ ਵੇਖੋ ਉੱਪਰ ਫੱਟੀਆਂ ਲੱਗੀਆਂ ਹੋਈਆਂ ਦੇਖੋ ਸਾਰੇ ਜਾਣੇ ਪੈਸਾ ਤਾਂ ਵਿਚਾਰਿਆਂ ਨੇ ਬੜਾ ਲਾਇਆ ਪਰ ਉਹ ਚੀਜ਼ ਉਹ ਬੱਲੇ ਕਿਆ ਹੀ ਬਾਤ ਆ ਵੇਖੋ ਸਪੈਸ਼ਲ ਬਣਾਈਆਂ ਹੋਈਆਂ ਉਹਨਾਂ ਨੇ ਇੱਟਾਂ ਜੀਆਂ ਉਹ ਹਿਸਾਬ ਨਾਲ ਫਿਰ ਜੋੜੀਆਂ ਕਿੰਨੀਆਂ ਪਤਲੀਆਂ ਨੇ ਵੇਖ ਲਓ ਮਹਾਂ ਇਹ ਇੱਕ ਦੋ ਇੰਚੀ ਦੇ ਆਹ ਕੀ ਚੀਜ਼ ਆ ਦੇਖ ਨਾ ਪਾਈਏ ਕਿਤੇ ਉਹ ਛੱਤ ਵੀ ਬਹੁਤ ਜ਼ਿਆਦਾ ਮਾੜੀ ਆ ਨਹੀਂ ਤਾਂ ਆਹ ਵੇਖੀ ਬੜਾ ਕੀ ਚੀਜ਼ ਆ ਆਹ ਪਤਾ ਨਹੀਂ ਕੀ ਚੀਜ਼ ਆ ਖਾਲੀ ਜੀ ਇੱਧਰ ਵੀ ਭੂੰਡ ਹੀ ਬਹੁਤ ਜ਼ਿਆਦਾ ਵਾ ਅਤੇ ਭੂੰਡ ਬਹੁਤ ਇਹ ਕੀ ਚੀਜ਼ ਆ ਹੈਂ ਆਹੋ ਫੋਟੋਆਂ ਹੈਂਗ ਕਰਨ ਵਾਸਤੇ ਸਹੀ ਗੱਲ ਹੀ ਆ ਆਹ ਵੇਖੋ ਹੁੱਕਾਂ ਬਣੀਆਂ ਇੱਥੇ ਫੋਟੋਆਂ ਟੰਗਣ ਵਾਸਤੇ ਸਹੀ ਗੱਲ ਆ ਹਰ ਇੱਕ ਚੀਜ਼ ਦੇ ਹੁਣ ਹੁੱਕਾਂ ਬਣੀਆਂ ਰਾਜੇ ਮਹਾਰਾਜਿਆਂ ਵਾਲਾ ਉਹਨਾਂ ਦਾ ਇਹ ਮਹਿਲ ਆ ਤੇ ਉਹਨਾਂ ਨੇ ਉਸ ਹਿਸਾਬ ਨਾਲ ਆਪਣੇ ਰਾਜੇ ਮਹਾਰਾਜੇ ਚਾਚਿਆਂ ਤਾਇਆਂ ਵੱਡਿਆਂ ਬਜ਼ੁਰਗਾਂ ਦੀਆਂ ਤਸਵੀਰਾਂ ਲਾਉਂਦੇ ਹੁੰਦੇ ਇਹਨਾਂ ਨੂੰ ਧਿਆਨ ਨਾਲ ਭੂੰਡ ਮਗਰ ਭੂੰਡ ਇੱਧਰ ਸਿੱਧੇ ਨੰਗ ਜੇ ਮਗਰ ਨਾ ਵੇਖਿਓ ਇਹਦੇ 'ਚ ਵੀ ਹੈਗੀ ਚਿਮਣੀ ਪਰ ਆਹ ਚਿਮਣੀ ਬਹੁਤ ਜ਼ਬਰਦਸਤ ਬਣਾਈ ਇਹਨਾਂ ਨੇ ਹੈ ਨਾ
ਮਹਾਂ ਡਾਕਟਰ ਜੀ ਇਹ ਤੇ ਮਹਾਂ ਉਦਾਂ ਤੁਸੀਂ ਹੁਣ ਰੋਸ਼ਨੀ ਕਹਿਤਾ ਵੈਸੇ ਤੁਸੀਂ ਕਹਿੰਦੇ ਹੁੰਦੇ ਪੇਟੀ ਵਾਸਤੇ ਛੱਡਿਆ ਸਪੈਸ਼ਲ ਪੇਟੀ ਚੜਾਉਣ ਵਾਸਤੇ ਭਾਜੀ ਇੱਕ ਚੀਜ਼ ਵੇਖੀ ਪਹਿਲੀਆਂ ਦੇ ਵਿੱਚ ਡਾਕਟਰ ਜੀ ਇੱਥੇ ਕੁਰਸੀ ਡਾਕ ਵੀ ਬੰਦਾ ਪਵੇ ਤੇ ਕਿੱਡਾ ਸੋਹਣਾ ਵਿਊ ਆ ਆਹ ਚੀਜ਼ ਦਾ ਚੰਗਾ ਹੀ ਬਣੀ ਮਹਾਂ ਉਹ ਹਵੇਲੀ ਨਾਲੋਂ ਜ਼ਿਆਦਾ ਵਧੀਆ ਨੀ ਉਹ ਵੀ ਕੁਛ ਨਹੀਂ ਹੈਗੀ ਸੀ ਉਹ ਵੀ ਕੁਛ ਨਹੀਂ ਹੈਗੀ ਜਿਹੜੀ ਜੰਮੂ ਵੇਖੀ ਆਹ ਤੇ ਪਰ ਬਹੁਤ ਪੈਸਾ ਲਾਇਆ ਸਪੈਸ਼ਲ ਵਿਚਾਰਿਆਂ ਰੋਸ਼ਨਦਾਨ ਬਣਾਏ ਸੀ ਕਿੱਦਾਂ ਯਾਰ ਪਰ ਆਹ ਕੀ ਚੀਜ਼ ਡਰ ਜੀ ਆਹ ਬੇਸਮੈਂਟ ਆ ਨਹੀਂ ਆਹ ਨੀਚੇ ਜਾਣ ਵਾਲਾ ਰਾਹ ਆ ਇਸ ਲਈ ਨਹੀਂ ਆਹ ਡਿਜ਼ਾਇਨਿੰਗ ਵੇਖੋ ਡਰ ਜੀ ਆਹ ਵੇਖ ਕੀਤੀ ਉਹਨਾਂ ਨੇ ਆਹ ਵੇਖ ਡਿਜ਼ਾਇਨਿੰਗ ਖਤਮ ਹੋ ਗਈ ਕੰਧਾਂ ਹੀ ਬੜੀਆਂ ਬੜੀਆਂ ਚੌੜੀਆਂ ਇਹ ਡਰ ਜੀ ਕੰਧਾਂ ਮੇਰੇ ਸਾਹ ਬਹੁਤਾਂ ਨਹੀਂ ਤੇ ਇਹ ਗੱਲ ਸੱਚੀ ਆ ਵੀ ਬਟਾਲੇ ਸ਼ਹਿਰ ਵਿੱਚ ਸੱਚੀ ਗੱਲ ਆ ਵੀ ਲੋਹਾ ਮੁੱਕ ਗਿਆ ਸੀਗਾ ਜਦੋਂ ਇਹ ਘਰ ਜਿਹੜਾ ਨਹੀਂ ਤਿਆਰ ਹੋਇਆ ਸੀ ਜਦੋਂ ਪਹਿਲੀਆਂ ਦੇ ਵਿੱਚ ਡੈਡੀ ਹੁਣੀ ਦੱਸ ਰਹੇ ਨੇ ਲੋਕ ਦੱਸਦੇ ਨੇ ਯੂਟਿਊਬ ਦੱਸ ਰਹੀ ਆ ਤੁਸੀਂ ਸਾਰੇ ਜਣੇ ਵੇਖਿਓ ਅਤੇ ਗਲੀ ਗੁਆਂਢ ਤੁਹਾਨੂੰ ਪੁੱਛਦੇ ਭਲਾ ਵੀ ਸੱਚੀ ਗੱਲ ਹੈ ਲੋਹਾ ਮੁੱਕ ਗਿਆ ਸੀ ਭਲਾ ਹਰ ਕਿਸੇ ਰੂਮ ਦੇ ਵਿੱਚ ਚਿਮਣੀ ਇਹਨਾਂ ਨੇ ਬਣਾਈ ਆ ਹੁਣ ਹਾਲ ਜਾ ਕਿੱਡੀ ਸੋਹਣੀ ਹਵਾ ਆਉਂਦੀ ਹੈ ਨਾ ਇੱਥੇ ਬੈਠਣ ਵਾਸਤੇ ਜੇ ਮੈਂ ਮੰਮੀ ਨੂੰ ਮੋਡੀਫਾਈ ਕਰਨ ਘਰ ਨੂੰ ਸਾਰੇ ਹੁਣ ਤਾਂ ਇਹਨਾਂ ਦਾ ਕਰੋੜਾਂ ਪਤੀ ਫਿਰ ਬਣ ਸਕਦਾ ਹੈ ਨਾ ਕਿੰਨੇ ਕਿਤੇ ਪੈਸਾ ਲੱਗਣਾ ਵਾ ਹੈ ਨਾ ਮੋਡੀਫਾਈ ਕਰਨਾ ਚਾਹੀਦਾ ਆ ਜਿੱਧਰੋਂ ਦੀ ਆਪਾਂ ਆਏ ਹਾਂ ਅਤੇ ਉੱਧਰ ਆ ਟੀਨਾਂ ਜਿਹੜੀਆਂ ਤੁਹਾਨੂੰ ਦੱਸ ਰਹੇ ਡਿੱਗੀਆਂ ਜਿਹੜੀਆਂ ਉਹ ਆ ਜਾਓ ਹੁਣ ਉੱਪਰ ਚੱਲਦੇ ਮੈਨੂੰ ਪਹਿਲਾਂ ਭੂੰਡ ਵੇਖਣਾ ਤੁਸੀਂ ਇੱਥੇ ਰੁਕੋ ਕਿੱਡਾ ਸੋਹਣਾ ਕਿੱਦਾਂ ਇੱਧਰੋਂ ਜਾਣਾ ਹੈ ਇੱਧਰ ਉੱਦਾਂ ਭੂੰਡ ਹੈ ਨਹੀਂ ਇੱਧਰ ਹੈ ਨਹੀਂ ਭੂੰਡ ਆਹੋ ਇੱਧਰੋਂ ਭਾਵੇਂ ਲੰਘ ਜਾਓ ਭਾਵੇਂ ਇੱਧਰੋਂ ਲੰਘ ਜਾਓ ਭੂੰਡ ਹੈ ਨਹੀਂ ਇੱਧਰ ਇਹ ਬੰਨੇ ਨਹੀਂ ਹੈਗੇ ਸਗੋਂ ਇੱਧਰ ਹੈਗੇ ਮੂੰਹ ਨਾ ਬੰਦ ਕਰਕੇ ਸੰਦੀਪ ਮੇਰਾ ਬਹੁਤ ਤਾਂ ਚੜਿਆ ਕਰ ਆਜੋ ਉੱਪਰ ਆਜੋ 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 ਆਪਾਂ ਤੀਸਰੇ ਫਲੋਰ 'ਤੇ ਆ ਚੁੱਕੇ ਹੁਣ ਇਹ ਦੇਖਦੇ ਆ ਵੇਖੋ ਪਹਿਲਾਂ ਦੇ ਜਿਹੜੇ ਫਰਸ਼ ਆ ਪਾਏ ਜਿਹੜੇ ਇਹਨਾਂ ਨੇ ਦੋ ਦੋ ਰੰਗੇ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਪਰਲੀ ਸਾਈਡ ਜਾਣਾ ਕਿੱਧਰ ਹੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਮਜੇ 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 ਬਸ ਆਜੋ ਹੁਣ ਆਪਾਂ ਜਾਵਾਂਗੇ ਇੱਥੇ ਬਸ ਖਤਮ ਹੋ ਗਿਆ ਇੰਨੀ ਕੀ ਆ ਹੁਣ ਉੱਪਰ ਜਾਣਾ ਹੋਰ ਆਪਾਂ ਆਜੋ 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 ਉਹ ਆਹ ਡਰ ਜੀ ਉੱਪਰ ਦੇਖੋ ਉਹ ਤੇਰੀ ਉਹ ਫਰਸ਼ ਵੇਖ ਫਰਸ਼ ਦੇਖੋ ਵੀ ਕਿੰਨੀ ਮਿਹਨਤ ਦੇ ਨਾਲ ਬਣਾਇਆ ਕਿਆ ਹੀ ਬਾਤ ਆ ਆਹੋ ਪਹਿਲਾਂ ਆਪਣੀਆਂ ਮਸ਼ੀਨਾਂ ਹੈਗੀਆਂ ਸੀ ਮੰਮੀ ਧਿਆਨ ਨਾਲ ਤੁਸੀਂ ਬਹੁਤ ਨੀਚੇ ਧਿਆਨ ਨਾਲ ਵੇਖ ਕੇ ਹਾਂ ਉੱਪਰ ਹਵਾ ਉੱਪਰ ਭਰਨਾ ਜਿਹੜੇ ਕਮਰੇ 'ਚ ਜਾਂਦੇ ਹਾਂ ਆਹ ਕੰਮ ਤੋਂ ਬਹੁਤ ਡਰ ਲੱਗਦਾ ਜੀ ਭੂੰਡ ਬੜੇ ਧਿਆਨ ਨਾਲ ਰੰਗ ਦੀ ਨਿਕਾਸੀ ਕੀਤੀ ਤੇ ਹੱਥ ਨਾਲ ਨਿਕਾਸੀ ਕੀਤੀ ਪੱਥਰ ਨੇ ਫਰਸ਼ ਦੇ ਵਿੱਚ ਕਾਲੇ ਫਰਸ਼ ਦੇ ਉੱਤੇ ਉਹਨਾਂ ਨੇ ਸੈਟਿੰਗ ਕੀਤੀ ਅੱਛਾ 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 ਚਲੋ ਠੀਕ ਆ ਕਿੱਦਾਂ ਕਿੱਦਾਂ ਇੱਧਰ ਮਾੜਾ ਜਿਹਾ ਮੰਮੀ ਇੱਧਰ ਨਾ ਗਾਂ ਜਾਏ ਇੱਧਰੋਂ ਅਸੀਂ ਹੋ ਗਏ ਹਾਂ ਸਾਰਾ ਹੀ ਡਿੱਗਣ ਵਾਲਾ ਇੱਧਰੋਂ ਧਿਆਨ ਨਾਲ ਲੱਗੀਆਂ ਬਣਾਈਆਂ ਸਪੈਸ਼ਲ ਆ ਜਿਹੜੀ ਝਰਨੇ ਇਹਨਾਂ ਨੂੰ ਵੈਸੇ ਅਸੀਂ ਮਤਲਬ ਝਰਨੇ ਆਉਂਦੇ ਹੁੰਦੇ ਹਾਂ ਤੇ ਉਹ ਜਿਹੜਾ ਨੀਚੇ ਨੀਚੇ ਜਿਹੜੀ ਆਹ ਵੇਖੋ ਇਹ ਲੱਕੜ ਦੀ ਤੇਰਾ ਟਾਈਪ ਜਿਹਾ ਬਣਾਇਆ ਹੈ ਬਹੁਤ ਜਬ ਤੋਂ ਲੋਹੇ ਦੀ ਉਹ ਵਿੱਚ ਲੱਕੜ ਦੀ ਆ ਨਾਟ ਬੋਲਟ ਵੀ ਕੱਸੇ ਵਿੱਚ ਨਜ਼ਰ ਆਉਂਦੇ ਲੋਹੇ ਲੱਕੜ ਦੀ ਵੀ ਆ ਲੋਹੇ ਹੀ ਲੱਗਦਾ ਨਹੀਂ ਨਹੀਂ ਲੱਕੜ ਆ ਵੇਖੋ ਯਾਰ ਲੱਕੜ ਲੱਕੜ ਦੀ ਆ ਲੱਕੜ ਕੱਸੀ ਆ ਨਾਲ ਪੱਤਰੀ ਕੱਸੀ ਲੋਹੇ ਦੀ ਉਹਨਾਂ ਨੇ ਮੋੜ ਕੇ ਲੜ ਜੀ ਰੰਗ ਦੀ ਨਿਕਾਸੀ ਕੀਤੀ ਤੂੰ ਹੱਥ ਨਾਲ ਨਿਕਾਸੀ ਕੀਤੀ ਪੱਥਰ ਨੇ ਫਰਸ਼ ਦੇ ਵਿੱਚ ਕਾਲੇ ਫਰਸ਼ ਦੇ ਉੱਤੇ ਉਹਨਾਂ ਨੇ ਸੈਟਿੰਗ ਕੀਤੀ ਅੱਛਾ 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 ਚਲੋ ਠੀਕ ਆ ਕਿੱਦਾਂ ਕਿੱਦਾਂ ਇੱਧਰ ਮਾੜਾ ਜਿਹਾ ਮੰਮੀ ਇੱਧਰ ਨਾ ਗਾਂ ਜਾਏ ਇੱਧਰੋਂ ਅਸੀਂ ਹੋ ਗਏ ਹਾਂ ਸਾਰਾ ਹੀ ਡਿੱਗਣ ਵਾਲਾ ਇੱਧਰੋਂ ਧਿਆਨ ਨਾਲ ਲੱਗੀਆਂ ਬਣਾਈਆਂ ਸਪੈਸ਼ਲ ਆ ਜਿਹੜੀ ਝਰਨੇ ਇਹਨਾਂ ਨੂੰ ਵੈਸੇ ਅਸੀਂ ਮਤਲਬ ਝਰਨੇ ਆਉਂਦੇ ਹੁੰਦੇ ਹਾਂ ਤੇ ਉਹ ਜਿਹੜਾ ਨੀਚੇ ਨੀਚੇ ਜਿਹੜੀ ਆਹ ਵੇਖੋ ਲੱਕੜ ਦੀ ਤੇਰਾ ਟਾਈਪ ਜਿਹਾ ਬਣਾਇਆ ਬਹੁਤ ਜਬ ਤੋਂ ਲੋਹੇ ਦੀ ਉਹ ਵਿੱਚ ਲੱਕੜ ਦੀ ਆ ਨਾਟ ਬੋਲਟ ਵੀ ਕੱਸੇ ਵਿੱਚ ਨਜ਼ਰ ਆਉਂਦਾ ਇੱਧਰ ਨਹੀਂ ਜਾਇਆ ਜਾਊਗਾ ਗਾਂ ਨੂੰ ਇੱਧਰੋਂ ਉਹ ਕਿੱਡਾ ਵਧੀਆ ਉਹ ਬਣਿਆ ਵਾਹ ਹਰੇ ਬਹਿਣ ਵਾਸਤੇ ਬੈਠਕ ਬਣਾਈ ਸਾਰੇ ਇੱਧਰ ਗੁਲਾਈ ਕਿੱਡੀ ਸ਼ਾਨਦਾਰ ਬਣੀ ਹੋਈ ਆ ਇੱਧਰ ਆ ਵੇਖੋ ਨਾਲ ਹੀ ਆਹ ਧਿਆਨ ਨਾਲ ਇੱਥੋਂ ਫਰਸ਼ ਖਿਲਰਿਆ ਖੁਲਰਿਆ ਧਿਆਨ ਨਾਲ ਥੱਲੇ ਕਿਤੇ ਮਾੜਾ ਨਾ ਆਹ ਵੇਖੋ ਕਾਲੇ ਫਰਸ਼ ਦੇ ਵਿੱਚ ਹੀ ਕਹਿੰਦੇ ਨਿਕਾਸੀ ਕੀਤੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਹ ਸਕੂਲਾਂ ਵਿੱਚ ਇੱਦਾਂ ਹੋਣ ਲੱਗਦਾ ਫਰਸ਼ ਫਰਸ਼ ਪੈਂਦੇ ਆਹ ਵੇਖੋ ਕਿੰਨਾ ਪੁਰਾਣਾ ਕੰਧਾਂ ਪੁਰਾਣੀਆਂ ਹੋ ਗਿਆ ਉੱਤੇ ਕਈ ਕੁਛ ਲਿਖੀ ਜਾਂਦੇ ਲੋਕ ਆਹ ਵੇਖੋ ਟਾਈਲਾਂ ਕਿੱਡੀਆਂ ਸ਼ਾਨਦਾਰ ਅਤੇ ਬਹੁਤ ਮਹਿੰਗੀਆਂ ਲੱਗੀਆਂ ਪਹਿਲੀਆਂ ਵਿੱਚ ਡਿਜ਼ਾਇਨਿੰਗ ਟਾਈਲਾਂ ਦੀ ਦੇਖੋ ਤੁਸੀਂ ਜਿਹੜੇ ਲੋਕਾਂ ਨੂੰ ਪਿੰਡਾਂ 'ਚ ਪਤਾ ਹੀ ਨਹੀਂ ਹੁੰਦਾ ਸੀ ਕਿ ਟੈਲ ਕੀ ਚੀਜ਼ ਹੈ ਇਹੋ ਜਿਹਾ ਡਿਜ਼ਾਇਨ ਖੁਦ ਮੈਨੂੰ ਵੀ ਨਹੀਂ ਪਤਾ ਮੈਂ 50
57 साल का हो गया लेकिन ये तो 150-200 साल पुराना कि ज़्यादा पुराना बटाले का लोहा खत्म करता इस बिल्डिंग ने ये खास सुनने में आया तो ते ओ चूल्हा वेखो किन्ना पुराना कदों दा बणिया होया वा हुण किथे बणिया यार कदों दा ओ लगण दा पुराना जा इधर आ तरेड़ा पईयां वा बहुत ज्यादा माड़े आ चिमनियां दे धुएं इन्हां विचों निकलदे यार जिहड़े बणे होए ना इधर नाल ही गुरद्वारा साहिब है माता सुलखणी जी दा गुरद्वारा साहिब ना लिखा दे दे इधर आ वेखो आ वेखो किड्डा वधिया मैं अगे तां नहीं आणा क्योंकि सारा टुटा होया वा बल्ले बल्ले की लेना है भाजी मैं हाँ वेला फर्श वाले से चिब कटे इदा तो किता रंग ना ही है पर इदा हुण करामात मिस्त्री नहीं दिखाते भी आहो तो बूहे ना लगे वो गाँव कोई गल नहीं छत उत्ते वेख लें खगे लगे चलो चलो हूँ आखो आ उत्ते मैं गुमती जे भी बने है ना गुलाई बच्चे पहला आ उपर उपरों वेख ही पहला है उधरों दी पहला इधरों चलते आ पहला ध्यान आज 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 भाजी है आवे लोकी आवे आंगली ला के लै गए दस है दस की करूंगा भी जो नछेड़ी नछूड़ी आ लै लू जाते होर कि खड़ने लो जी आ वेखो लग लगे सारे पिंड नजर आने लग पे है आ चेक करो सारे पिंड वेखो लग लगे नजर आते कि नहीं दूर दूर तक आ एक गुमद बनया गुमद एक आ इधर बनया होया वेखो एक नाल ही नहीं टुट गए और डिजाइनिंग की उस हिसाब उन्होंने आखो गुलदस्ता ही उपरों टुट गया वा कहने वींगा करता आ बहुत वधिया चीज़ बनी है अभी सेम ही इको जी तो आ बैठन वास्ते बनाया सीगा इन्होंने धुप्पे बैठन वास्ते आ देखो पर खत्म करता जी यार अपने आखो उपर मतलब किड्डा सोहना बनया खलून बहन वास्ते आ चीज़ कि वधिया बनी हुई है पर यह भी अपनी सरकार ने जड़ा नहीं है ये वाल जरूर ध्यान देना चाहिए भी है ना ये बची रहे भी क्योंकि इन्हें थोड़ा रिपेयर भी करना चाहिए भी रिपेयर हो जाए तो थोड़ी सोहनी लगे होर ज़्यादा क्योंकि बड़े दूरों दूरों लोग वेखन आते हमने हले एक टीम होर आई वो वेख के चल गई है बाबे आए ही वह वेख गए ने हाँ लगता पोर्शन अलग से क्योंकि वह कच लाया कंध उत्ते उन्होंने उधर आओ वेखो आ जाओ ध्यान नाल है देखो आवे आ जान के ही किसी ने ना मतलब पौड़ियाँ तोड़ती भी कोई उपर ना जा सके आवे इतों बहुत सोहनिया ही पौड़ियाँ उपरों खत्म करती तो उन्हें जान लगे तो आ हूँ इधरों नीचे ही आप जा सकते वैसे इधर नीचे जाने वास्ते है ये अगे जा सकते इधर की अंदर कि बंद वा रुक जा मैं जाना कमरा मेरे डर लगता पलटी ने खा जाइए बड़ा वधिया बैठने वास्ते कमरा जिहा होवे छोटा जिहा संदीप भज के ना आया ध्यान नाल आ गाड़ी उदा पौड़ियां ने खत्म पर आपां आ लास्ट स्टेप तक आण के ना इत्थे तक देखदे भला उपर की आ वाह वाह उपर बैठने वास्ते वैसे बहुत वधिया बणिया हैया गुमत वा ना उपर तोड़तियां तोड़तियां पौड़ियां के उधर भी सेम ही चीज़ आ देखो पर उधर ग्रिल लगी ग्रिल इधर भी लगी ही इधर आखो नट बोल्ट लगे आवे नट ग्रिल कोई लाया गया खोल के उधरों खुली नहीं किसी को बची रही है उपर नहीं क्या जाया जाना है नहीं पौड़िया है नहीं है ते इतने भी बनी ही ला ली है कहने के आज है नहीं है पर आना हौसले ना पैना जो बड़े हौसले ना दूजा पोर्शन आ जाओ तीन आवे इधरों हूं फिर नीचे जा सकते आ बन गई गल चलो आज लै उधर बापू कहने सेरू लै गए कि वढ़ गए आवेख इधर पिपल बोर्ड उग गए ने लोहा वाकया लग ही बड़ा गया लोहा भी तो आवे गाडर बिच टीवी जो लोहा वाकया जारी लग ही बहुत ज्यादा गया लोहा लोहा बड़ी बटाले लोहा भी इन्ना कितने गिनती दी पांच सात दस दुकाना होंगे
ਟੈਲਾਂ ਮੈਂ ਡਰ ਜੀ ਕਿੰਨੀਆਂ ਪੁਰਾਣੀਆਂ ਤੇ ਇੰਨੀਆਂ ਸੋਹਣੀਆਂ ਵੇਖ ਮੈਂ ਦੇਖੋ ਬੀਮ ਆ ਦੇਖੋ ਉੱਪਰ ਗਾਰਡਰ ਵੀ ਵੈਸੇ ਨਾ ਸਾਹ ਨਹੀਂ ਲਾਏ ਆ ਧਿਆਨ ਨਾਲ ਧਿਆਨ ਨਾਲ ਆਇਓ ਮੈਂ ਤੇ ਲਓ ਜੀ ਮੋਗੀ ਆਪਣੀ ਹਵੇਲੀ ਬਸ ਹੁਣ ਹੁਣ ਨੀਚੇ ਜਾਂਦੇ ਹਾਂ ਨਹੀਂ ਕੁਛ ਵੀ ਚਲੋ ਮੈਂ ਹਰ ਹਰ ਕੋਈ ਭਾਈ ਜਿਹੜਾ ਵੀ ਤੇਵੇਂ ਪੋਰਸ਼ਨ ਤਾਂ ਉੱਪਰ ਉੱਪਰ ਜਾਣ ਡਿਆ ਨਾ ਉਹਨਾਂ ਨੇ ਮਤਲਬ ਕੀ ਕੀਤਾ ਹਰ ਕੋਈ ਮੁੱਗ ਰੱਖਿਆ ਹੈ ਨਾ ਟੋਟਲੀ ਟੋਟਲੀ ਥਾਂ ਤੱਕ ਪੱਲੇ ਪੁੱਲੇ ਹੁਣ ਕੀ ਚੀਜ਼ ਲੱਗੀ ਮੁੱਗ ਬਣਾਇਆ ਆਹ ਸਪੈਸ਼ਲ ਬਣਾਇਆ ਕਿ ਕਿੱਲ ਕਿੱਲ ਠੋਕੇ ਇਹਨਾਂ ਨੇ ਤਗੜੇ ਇਹਦੇ ਨਾਲ ਤੇ ਮੈਨੂੰ ਲੱਗਦਾ ਹੁਣ ਨਟ ਵੀ ਕੋਈ ਨਾਲ ਦੇ ਰਾਜੀ ਨਹੀਂ ਹੋਣਾ ਕੱਖਰ ਪੈ ਜੇ ਮੂੰਹ ਮੰਮੀ ਧਿਆਨ ਨਾਲ ਆਹ ਬਹੁਤ ਰਿਸਕੀ ਇੱਥੋਂ ਇੱਥੋਂ ਬਹੁਤ ਰਿਸਕੀ ਜਗ੍ਹਾ ਹੀ ਉਨੀ ਕੁ ਆ ਜਗ੍ਹਾ ਹੀ ਉਨੀ ਕਮਾ ਵੇਖੋ ਮਾਸਾ ਕੁ ਜਿੰਨੀ ਧਿਆਨ ਨਾਲ ਉਹਵੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਆਹ ਇੱਧਰੋਂ ਦੀ ਨਹੀਂ ਗਈ ਉਲਟੇ ਬੰਨੇ ਉਹਦੀ ਜਾਈ ਗਈ ਆ ਚਲੋ 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 ਜਾਂਦੇ 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 ਫਿਰ ਉੱਤਰ ਜਾਣਾ ਛੇਤੀ ਇੱਧਰ ਦੰਦ ਉੜ ਕੇ ਵੱਜਣ ਡੇ ਪੂਰੇ ਸਿਹਤ ਪੰਜ ਧਿਆਨ ਨਾਲ ਯਾਰ ਧਿਆਨ ਨਾਲ ਆਹ ਆਹ ਪੱਤਰੀਆਂ ਲਾ ਕੇ ਲਈ ਜਾਂਦੇ ਬਸ ਲੋਕੀਆਂ ਹੁਣ ਆਵੇ ਇੱਧਰੋਂ ਦੀ ਫਿਰ ਇੱਧਰੋਂ ਦੀ ਚੜ੍ਹੇ ਤਾਂ ਆਹ ਇੱਧਰੋਂ ਦੀ ਚੜ੍ਹੇ ਆਹੋ ਜਾਂਦੇ ਜਾਂਦੇ ਬਹੁਤ ਵਧੀਆ ਨਹੀਂ ਇੰਨਾ ਵੀ ਮਾੜੇ ਹਾਲਾਤ ਨਹੀਂ ਹੋਏ ਅਜੇ ਛੱਤਾਂ ਛੱਤਾਂ ਮਜ਼ਬੂਤ ਆ ਅਜੇ ਛੱਤਾਂ ਨਹੀਂ ਅਜੇ ਕਿਤੇ ਜਾਂਦੀਆਂ ਕਿੰਨੀਆਂ ਪੁਰਾਣੀਆਂ ਤਾਂ ਹੰਡੀਆਂ ਤੇ ਹੁਣ ਇੰਨੀ ਇੰਨੀ ਮਜ਼ਬੂਤ ਧਿਆਨ ਨਾ ਧਿਆਨ ਨਾ ਧਿਆਨ ਨਾ ਉੱਤੇ ਵੇਖ ਉਤਰ ਕੇ ਬਸ ਇਹੋ ਲਾਸਟ ਨਹੀਂ ਪੋਰਸ਼ਨ ਵਾਹਵਾ ਹੀ ਹੈਗੇ ਮੇਰੇ ਹਿਸਾਬ ਨਾਲ ਚਾਰ ਪੰਜ ਮੰਜ਼ਿਲ ਹੀ ਹੈਗੀ ਆ ਹਨਾ ਆਹ ਵੇਲਾ ਇਹਨੂੰ ਕਿਸੇ ਨੂੰ ਪਤਾ ਕੀ ਚੀਜ਼ ਆ ਭਲਾ ਜੇ ਨਹੀਂ ਪਤਾ ਮੈਂ ਦੱਸ ਦਿੰਦਾ ਚਿੱਬੜਿਆ ਜਾਂਦੀ ਵਾਰ ਤੁਹਾਨੂੰ ਹਵੇਲੀ ਦਾ ਲਾਸਟ ਵਾਲਾ ਵਿਊ ਦਿਖਾ ਦਿੰਦੇ ਹਾਂ ਤੁਸੀਂ ਬਾਹਰੋਂ ਦੇਖ ਸਕਦੇ ਜੇ ਫਰੰਟ ਤੋਂ ਆਪਾਂ ਨਹੀਂ ਦਿਖਾ ਸਕਦੇ ਕਿਉਂਕਿ ਉੱਧਰ ਜਾਣਾ ਮਨਾ ਆ ਆਹ ਅਲੱਗ ਅਲੱਗ ਹੁਣ ਪੈਲੀਆਂ ਵਿੱਚ ਸਾਗ ਉੱਗਾ ਹੈ ਹੁਣ ਤੁਹਾਨੂੰ ਉੱਧਰ ਲਾ ਹਿੱਸਾ ਦਿਖਾਵਾਂਗੇ ਉੱਧਰ ਕੀ ਹੈ ਅਤੇ ਕੀ ਨਹੀਂ ਹੈ ਹਾਂਜੀ ਜੀ ਅੰਦਰ ਬਹੁਤ ਜ਼ਿਆਦਾ ਖੱਖਰਾਂ ਲੱਗੀਆਂ ਅੰਦਰ ਆਪਾਂ ਨਹੀਂ ਜਾ ਸਕਦੇ ਵੀ ਇਹ ਨਾ ਕੋਈ ਨਾ ਕੋਈ ਲੜਾ ਕੇ ਬਹਿ ਜਾਈਏ ਇੱਥੋਂ ਇੱਥੋਂ ਹੁਣ ਕਿਰਨ ਦੀਦੀ ਵਾਸਤੇ ਆਪਾਂ ਥੋੜ੍ਹੀ ਜਿਹੀ ਮਠਿਆਈ ਲਵਾਂਗੇ ਉਹਨੂੰ ਕਿਉਂਕਿ ਆਪਣਾ ਫੋਨ ਲਿਆ ਆਪਾਂ ਫੋਨ ਦੀ ਵਧਾਈ ਦੇਣੀ ਜੀ ਆਹ ਤਿੰਨ ਚਾਰ ਵਰਾਇਟੀਆਂ ਇੱਥੇ ਕਿਰਨ ਦਾ ਜਿਹੜਾ ਨਹੀਂ ਉਹ ਚਮਚਮ ਅਤੇ ਬਰਫੀ ਜਿਹੜੀ ਇਹ ਫੇਵਰੇਟ ਹੈ ਡੱਬਾ ਜਿਹੜਾ ਉਹ ਆਪਾਂ ਲੈ ਲਿਆ ਵਾ ਗੱਡੀ ਆਪਣੀ ਸਾਹਮਣੇ ਲੱਗੀ ਮੰਮੀ ਹੋਣੀ ਕਰ ਰਹੇ ਰੇਟ ਸਤਿ ਸ਼੍ਰੀ ਅਕਾਲ ਬਾਬੀ ਇਹ ਭਰਾ ਸਾਡਾ ਜਿਹੜਾ ਫਿਲਟਰ ਫਿੱਟ ਕਰਕੇ ਗਿਆ ਸੀ ਹੁਣ ਪਰ ਭਰਾ ਹੋ ਗਿਆ ਓਏ ਬੋਲੂ ਬੋਲੂ ਕੈਸੇ ਹੋ ਠੀਕ ਹੋ ਹਾਂ ਡੱਬਾ ਮੈਂ ਲਿਆਂਦਾ ਨਹੀਂ ਚੇਤਾ ਭੁੱਲ ਗਿਆ ਸੀ ਹੁਣ ਲਿਆਂਦਾ ਜੀ ਫੋਨ ਦਾ ਹੈ ਕੋਈ ਨਹੀਂ ਭਰਨ ਡਿਆ ਉਹਨੇ ਕਰ ਦੇਣਾ ਆਪੇ ਉਹਨੇ ਆਪਣੇ ਹਿਸਾਬ ਨਾਲ ਕਰ ਦੇਣਾ ਖੋਲ ਖਾਲ ਕੇ ਵੀਰ ਨੇ ਚਾਹ ਆਪਾਂ ਪੀ ਲਈ ਆ ਹੁਣ ਅਤੇ ਭਾਜੀ ਹੁਣਾਂ ਨੇ ਫਿਲਟਰ ਜਿਹੜਾ ਸਾਡਾ ਚੈੱਕ ਕਰਤਾ ਆ ਕਰਾਂਗੇ ਠੀਕ ਕੱਲ੍ਹ ਹਾਂ ਅਤੇ ਉਹ ਭਾਜੀ ਤੁਹਾਡਾ ਚੈਨਲ ਕੀ ਆ ਮੇਰੇ ਚੈਨਲ ਦਾ ਨਾਮ ਮਿਸਟਰ ਐਂਡ ਮਿਸਿਜ਼ ਮਾਜੂ ਅਤੇ ਸਾਨੂੰ ਪਿਆਰ ਦੀ ਲੋੜ ਆ ਸਪੋਰਟ ਦੀ ਲੋੜ ਆ ਔਰ ਅਤੇ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਵਧੀਆ ਬੰਦਾ ਆ ਅਤੇ ਘੈਂਟ ਬੰਦਾ ਵਾ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਨਾ ਕਿ ਸਾਰੇ ਜਾਣੇ ਜ਼ਰੂਰ ਸਪੋਰਟ ਕਰੇ ਕਿਉਂਕਿ ਨਵਾਂ ਨਵਾਂ ਕੰਮ ਆ ਬਾਈ ਹੋਣਾ ਦਾ ਅਤੇ ਸਾਰੇ ਜਾਣੇ ਜ਼ਰੂਰ ਐਪਰੀਸ਼ੀਏਟ ਕਰਿਆ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਿਆਂਗੇ ਇਹਨਾਂ ਦੇ ਚੈਨਲ ਦਾ ਹਾਂਜੀ ਆਪਾਂ ਨੂੰ ਹੁਣ ਜਾਣ ਦਿਓ ਨਹੀਂ ਜਾਣਦੇ ਹੁਣ ਮੈਨੂੰ ਮੇਰੀ ਗੱਲ ਪੈਕ ਕਰ ਦੇ ਹੁਣ ਆਪਣੀ ਹੈਗੀ ਆ ਵਾਪਸੀ ਕਿਰਨ ਦੀਦੀ ਹੁਣਾਂ ਨੇ ਸਾਨੂੰ ਦਾਲ ਚੌਲ ਜਿਹੜੇ ਉਹ ਪੈਕ ਕਰ ਦਿੱਤੇ ਕਿਉਂਕਿ ਉਹਨਾਂ ਨੇ ਬਣਾਏ ਹੋਏ ਸੀਗੇ ਪਰ ਆਪਾਂ ਲੰਗਰ ਜਿਹੜਾ ਨਹੀਂ ਗੁਰਦੁਆਰਾ ਸਾਹਿਬ ਤੋਂ ਛੱਕ ਆਏ ਸੀ ਰਾਹ ਦੇ ਵਿੱਚ ਇੰਨਾ ਪਾਠ ਹੋ ਰਿਹਾ ਸੀਗਾ ਅਤੇ ਉੱਥੋਂ ਆਪਾਂ ਪ੍ਰਸ਼ਾਦਾ ਜਿਹੜਾ ਛੱਕ ਆਏ ਹਾਂ ਅਤੇ ਫਿਰ ਹਾਲ ਸੰਦੀਪ ਕਹਿੰਦੀ ਆ ਵੀ ਹੁਣ ਰੋਟੀ ਨਹੀਂ ਖਾਣੀ ਅਤੇ ਫਿਰ ਕਿਰਨ ਦੀਦੀ ਹੁਣਾਂ ਨੇ ਪੈਕ ਕਰ ਦੀ ਅਤੇ ਹੋ ਸਕਦਾ ਆਪਾਂ ਇੱਕ ਦੋ ਘੰਟੇ ਤੱਕ ਜ਼ਰੂਰ ਖਾਵਾਂਗੇ ਇਹਨਾਂ ਨੂੰ ਹੁਣ ਦਾਲ ਚੌਲ ਹੈ ਨਾ ਹਾਂ ਮੈਂ ਮੰਮੀ ਜੀ ਨੂੰ ਕਹਿੰਦਾ ਵੀ ਤੁਸੀਂ ਜੁੱਤੀਆਂ ਜਿਹੜੀਆਂ ਇੱਕੋ ਜਿਹੀਆਂ ਪਾਇਆ ਕਰੋ ਸੰਦੀਪ ਅਤੇ ਤੁਸੀਂ ਤਾਂ ਮੰਮੀ ਕਹਿੰਦੇ ਇਹਦੇ ਵਿੱਚ ਨਾ ਥੋੜ੍ਹਾ ਜਿਹਾ ਰੂੰਗ ਰੱਖ ਲੈਣਾ ਮੈਂ ਲੂਜ ਆਏ ਅਤੇ ਜਾਂ ਪਤਾਵਾ ਪਾ ਲੈਣਾ ਅਤੇ ਮੈਂ ਕਿਹਾ ਫਿਰ ਸੰਦੀਪ ਕੀ ਪਾਊ ਕੱਢ ਲਿਆ ਕਰਾਂਗੇ ਅਤੇ ਉਹ ਕੰਮ ਤਾਂ ਫਿਰ ਉਹੀ ਹੈਗਾ ਨਾ ਇੱਕ ਜਾਣੇ ਜੇ ਕਿ ਦੋ ਜਾਣੇ ਮਤਲਬ ਤੁਹਾਨੂੰ ਇਹਦੇ ਨਾਲ ਦੀ ਲੈ ਕੇ ਦੇਵਾਂਗਾ ਨਾ ਜੁੱਤੀ ਨਵੀਂ ਠੀਕ ਆ ਸਹੀ ਵੀ ਉੱਦਾਂ
ਐਡੀ ਵੀ ਗੱਲ ਨਹੀਂ ਮੰਮੀ ਨੂੰ ਲਾਈ ਗਰਮ ਮਸਾਲਾ ਨਾਲ ਨਮਕੀਨ ਤੇ ਆ ਦਾਲ ਜੀ ਲੈ ਲਈ ਤੇ ਕਾਲੀ ਮਿਰਚ ਬਸ ਹਾਂ ਜੋ ਕਿ ਪੀਣ ਵਾਸਤੇ ਲੈ ਲਾਂਗੇ ਆਪਾਂ ਨਾਰੀਅਲ ਕਿਉਂਕਿ ਇਹ ਬਹੁਤ ਵਧੀਆ ਉਦਾਂ ਮੈਂ ਬਾਕੀ ਮੰਡੀਆਂ ਮੰਗਾਏ ਆ ਉਹ ਕੱਲ੍ਹ ਆ ਜਾਣੇ ਆਪਣੇ ਘਰ ਮੈਂ ਆਪਣੇ ਬਾਊ ਅਤੇ ਬੜੀਆਂ ਸਾਰੀਆਂ ਚੀਜ਼ਾਂ ਲਿਆਂਦੀਆਂ ਨਹੀਂ ਉਹ ਲਿਆਂਦੀਆਂ ਮੈਂ ਇੱਕ ਲਸਣ ਵਾਲੀਆਂ ਸੇਵੀਆਂ ਅਤੇ ਇੱਕ ਦਾਲ ਅਤੇ ਇੱਕ ਹੋਰ ਇੱਕ ਮਿਕਸ ਭੁਜੀਆ ਜਿਹੜਾ ਫੁੱਲੀਆਂ ਪਾ ਕੇ ਖਾਈਦਾ ਵਾ ਉਹ ਮੇਰਾ ਫੇਵਰੇਟ ਉਹ ਮੈਂ ਲਿਆਂਦਾ ਅਤੇ ਨਾਲ ਜਿਹੜਾ ਤੁਸੀਂ ਮਸਾਲਾ ਮੰਗਿਆ ਸੀ ਗਰਮ ਮਸਾਲਾ ਉਹ ਅਤੇ ਕਾਲੀਆਂ ਮਿਰਚਾਂ ਜਿਹੜੀਆਂ ਪੀਸੀਆਂ ਹੋਈਆਂ ਵਾ ਉਹ ਲਿਆਂਦੀਆਂ ਜਿਹਦੇ ਦੋ ਨਾਰੀਅਲ ਲਿਆਂਦੇ ਕਿੱਥੇ ਪਿਆ ਵਾਹਵਾ ਨਿਕਲਿਆ ਹੈ ਨਾ ਭਰ ਕੇ ਗਲਾਸ ਵਾਹੇ ਥੋੜ੍ਹਾ ਜਿਹਾ ਪੀਣਾ ਹੈ ਅੱਜ ਸਵਾਦ ਚੱਲ ਤੂੰ ਪੀ ਲਾ ਜ਼ਿਆਦਾ ਤੇਰੇ ਵਾਸਤੇ ਚੰਗਾ ਮੈਂ ਪੀ ਲਿਆ ਬਾਊ ਲੜ ਜੀ ਹਾਲ ਤੁਹਾਡੇ ਜੱਗੇ ਮੂੰਗਫਲੀ ਲਿਆਂਦੀ ਜੀ ਖਾਣੀ ਮੂੰਗਫਲੀ ਖਾਣੀ ਉਹਦਾ ਲਾਗੇ ਰੱਖ ਲਓ ਜੇ ਖਾਣੀ ਮੈਂ ਤੁਹਾਨੂੰ ਇੱਕ ਪਲੇਟ ਲਿਆ ਦੂੰਗੀ ਜੇ ਖਾਣੀ ਉਹ ਦੱਸ ਦਿਓ ਜੇ ਅੱਜ ਦਾ ਤੁਹਾਨੂੰ ਇਹ ਛੋਟਾ ਜਿਹਾ ਵਲੌਗ ਵਧੀਆ ਲੱਗਿਆ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰ ਦਿਓ ਅਤੇ ਕੱਲ੍ਹ ਨੂੰ ਮਿਲਦੇ ਹਾਂ ਵਧੀਆ ਜਿਹਾ ਵਲੌਗ ਲੈ ਕੇ ਤੁਹਾਡੇ ਕੋਲ ਬਾਏ ਬਾਏ ਸਤਿ ਸ਼੍ਰੀ ਅਕਾਲ